द वे फॉरवर्ड च तुहाडा फिर तो स्वागत है। मैं तुहाडा होस्ट गुरशेर गिल, अज कवरिंग फॉर मिस्टर हरजोत सिंह। अज कोई एक स्पेसिफिक टॉपिक ते नहीं असीं डिस्कस करांगे, असीं एक इंडस्ट्री ते दो कहानियां बारे डिस्कस करांगे। मेरे दो बहुत खास निजी दोस्त, मेरे फ्रेंड्स जिहड़े फूड एंड बेवरेज रेस्टोरेंट इंडस्ट्री या तुसीं कह लो हॉस्पिटैलिटी इंडस्ट्री तो हैं, उन्हां दी स्टोरीज़ मैं तुहाडे सामने लैके आना चाहुंदा हूँ। एक हैगे यू नो वर्ल्ड रिनाउंड सेलिब्रिटी शेफ फ्रॉम बॉम्बे, तुसीं सारे उन्हां नूं जानदे होणे, इंस्टाग्राम च फॉलो करदे होणे हो। तो दूजे हैगे मेरे एक होर बड़े खास दोस्त बॉस्टन तो, जिहड़े बॉस्टन बड़े रिनाउंड इटैलियन शेफ हैं। दोनों साडे कम्यूनिटी दे बहुत चंगे मैंबरस ने ते बड़े रिस्पोंसिबल मैंबरस ने ते they have basically served as an inspiration to not just a lot of people who they know but also personally for me. I do want to welcome both of them at this stage. Pehla main welcome karna chahunga Mr. Ranveer Brarnu from Bombay, who has taken this time out to speak with us. Mr. Brar, welcome to the show. Toda bahut bahut swagat. Sat Sri Akal Gushir. Such a pleasure to see you. Just Punjabi de tamam darshakan Ranveer Brar da Sat Sri Akal. ਆਲਵੇਜ਼ ਅ ਪਲੇਜ਼ਰ ਪੰਜਾਬੀ ਬੋਲਣ ਦਾ ਮੌਕਾ ਮਿਲੇ ਆਪਣੇ ਲੋਕਾਂ ਨਾਲ ਤਾਂ ਸਵਾਦ ਆ ਜਾਂਦਾ। ਹਾਂਜੀ ਹਾਂਜੀ ਮਿਸਟਰ ਬਰਾੜ, ਦ ਲਾਸਟ ਟਾਈਮ ਮੈਂ ਤੁਹਾਨੂੰ ਮਿਲਿਆ ਸੀ 6-7 ਸਾਲ ਹੋ ਗਏ ਬੰਬੇ 'ਚ ਅਤੇ ਉਦੋਂ ਯੂ ਨੋ ਉਹ ਤੋਂ ਪਹਿਲਾਂ ਬੋਸਟਨ ਸੀਗੇ ਅਤੇ ਬਟ ਇਟਸ ਅ ਪਲੇਜ਼ਰ ਟੂ ਹੈਵ ਯੂ ਔਨ ਦ ਸ਼ੋ ਐਂਡ ਉਹਨਾਂ ਦੇ ਨਾਲ ਮਿਸਟਰ ਸ਼ਿੰਗਾਰਾ ਸਿੰਘ ਸ਼ੈਫ ਪਪੀਨੋ। ਭਾਅ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਫਰੋਮ ਬੋਸਟਨ, ਹਾਓ ਆਰ ਯੂ? ਵੈਰੀ ਗੁੱਡ, ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ ਭਾਜੀ, ਯੂ ਬੜੀ ਮਨ ਖੁਸ਼ ਹੋਇਆ ਭਰਾਵਾਂ ਨੂੰ ਮਿਲ ਕੇ। ਹਾਂਜੀ ਹਾਂਜੀ, ਵੈਰੀ ਪੋਜ਼ਿਟਿਵ, ਯੂ ਨੋ, ਸੋ ਥੈਂਕ ਯੂ ਫੋਰ ਜਸਟ ਪੰਜਾਬੀ ਤੇ ਜਿਹਨੇ ਸਾਨੂੰ ਮਾੜਾ ਮੋਟਾ ਮੌਕਾ ਬਖਸ਼ਿਆ ਤੁਹਾਡੇ ਲਈ। ਹਾਂਜੀ ਹਾਂਜੀ, ਤੇ ਮਿਸਟਰ ਬਰਾਰ ਲੈਟਸ ਸਟਾਰਟ ਵਿਦ ਯੂ, ਲੈਟਸ ਅੰਡਰਸਟੈਂਡ, ਤੁਸੀਂ ਸਾਨੂੰ ਦੱਸੋ ਯੂ ਹੈਵ ਰੀਚਡ ਆਲਮੋਸਟ you know, you've been a success story, an inspiration to a lot of folks, not just in the hospitality industry, but, you know, in the restaurant industry globally. Main tuhanu Boston to janda hu, where you were corporate chef for an Indian chain before that, you know, a chef for a French cuisine restaurant. And then I know you were a corporate chef for a core group. You are a master chef. You host shows. You own restaurants globally, you know, in Middle East, in North America and stuff. ਤੁਸੀਂ ਥੋੜ੍ਹੀ ਜਿਹੀ ਸਟੋਰੀ ਸ਼ੇਅਰ ਕਰੋ ਆਪਣੀ, ਯੂ ਨੋ ਤੁਸੀਂ ਆਪਣੀ ਜਰਨੀ ਦੇ ਬਾਰੇ ਸਾਨੂੰ ਦੱਸੋ, ਹੁਣ ਜਿੱਥੇ ਤੁਸੀਂ ਹੋ, ਹਾਊ ਡਿਡ ਯੂ ਰੀਚ ਦੇਅਰ ਐਂਡ ਵਾਟ ਵਰ ਸਮ ਆਫ ਦੋਜ਼ ਕ੍ਰਿਟੀਕਲ ਪੁਆਇੰਟਸ ਫੋਰ ਯੂ? ਵੈਲ ਯੂ ਨੋ ਇਹਦੇ ਦੋ ਐਸਪੈਕਟਸ ਹੈ, ਰਾਈਟ? ਵਨ ਐਸਪੈਕਟ ਇਜ਼ ਦ ਪ੍ਰੈਕਟੀਕਲ ਜਰਨੀ ਆਫ ਇਟ ਐਂਡ ਦੀ ਅਦਰ ਐਸਪੈਕਟ ਇਜ਼ ਦ ਗਰੋਥ। ਹਾਂਜੀ, ਜਿਹੜੀ ਮੈਜਰੇਬਲ ਜਰਨੀ ਹੈ ਮਾਈਲਸਟੋਨ ਬਾਏ ਮਾਈਲਸਟੋਨ, ਯੂ ਨੋ ਉਹ ਈਜ਼ੀ ਹੈ, ਇਸ ਲਈ ਉਹ ਪਹਿਲਾਂ ਮੈਂ ਆਈਲ ਟ੍ਰਾਈ ਐਂਡ ਪੁਟ ਇਟ ਅਕ੍ਰੋਸ ਫਰਸਟ। ਹਾਂਜੀ, ਤੇ ਉਹ ਤੋਂ ਬਾਅਦ ਜਿਹੜੀ ਗਰੋਥ ਦੀ ਜਰਨੀ ਹੈ ਉਸ ਬਾਰੇ ਵੀ ਆਪਾਂ ਡੈਫੀਨਿਟਲੀ ਗੱਲ ਕਰਾਂਗੇ, ਉਹ ਵੀ ਜ਼ਰੂਰੀ ਹੈ ਲੋਕਾਂ ਨੂੰ ਜਾਣਨਾ। ਆਈ ਥਿੰਕ ਦ ਟੈਂਜੀਬਲ ਜਰਨੀ ਜਿਹੜੀ ਹੈ ਮਾਈਲਸਟੋਨ ਵਾਲੀ ਜਰਨੀ ਉਹ ਹੈ ਕਿ ਹੋਟਲ ਮੈਨੇਜਮੈਂਟ ਕੀਤਾ ਮੈਂ, ਹੋਟਲ ਮੈਨੇਜਮੈਂਟ ਕਰਕੇ ਲਖਨਊ ਤੋਂ ਤਾਜ ਗਰੁੱਪ 'ਚ ਕੰਮ ਕੀਤਾ ਐਜ਼ ਅ ਮੈਨੇਜਮੈਂਟ ਟ੍ਰੇਨੀ, ਉੱਥੇ ਹੀ ਸ਼ੈਫ ਬਣੇ। ਹਾਂਜੀ, ਉਹ ਤੋਂ ਬਾਅਦ ਦਿੱਲੀ ਕੰਮ ਕੀਤਾ, ਬੰਬੇ ਕੰਮ ਕੀਤਾ, ਗੋਆ ਕੰਮ ਕੀਤਾ, ਤੇ ਇਵੈਂਚੁਅਲੀ ਫਿਰ ਯੂ ਨੋ ਗੋਟ ਲੱਕੀ, ਵਰਕ ਵਿਦ ਦੀ ਓਬਰੋਏ ਗਰੁੱਪ ਇਨ ਦਿੱਲੀ ਅਗੇਨ, ਤੇ ਬਾਏ ਦ ਟਾਈਮ ਆਈ ਵਾਸ 24 ਲੋਕਾਂ ਨੂੰ ਰੱਬ ਭਾਈ ਇੰਨਾ ਭਰੋਸਾ ਆ ਗਿਆ ਕਿ ਲੋਕਾਂ ਨੇ ਕਿਹਾ ਇਹ ਮੁੰਡਾ ਠੀਕ ਹੈ, ਇਹਨੂੰ ਐਗਜ਼ੀਕਟਿਵ ਸ਼ੈਫ ਬਣਾ ਦਿਓ ਜੀ। ਹਾਂਜੀ, ਯੂ ਨੋ ਐਟ ਦੈਟ ਪੁਆਇੰਟ ਇਨ ਟਾਈਮ ਇਟ ਵਾਜ਼ਨਟ ਰੀਅਲੀ ਹਰਡ ਆਫ ਕਿ 25 ਸਾਲ ਦਾ ਮੁੰਡਾ ਬਿਕਮਸ ਐਨ ਐਗਜ਼ੀਕਟਿਵ ਸ਼ੈਫ ਫॉर ਅ 5 ਸਟਾਰ ਹੋਟਲ। ਬਟ ਦੈਟ ਵਾਸ ਕਲੈਰਿਜਸ ਆਈ ਬਿਲੀਵ ਜਿਹੜੇ ਤੁਸੀਂ ਐਗਜ਼ੈਕਟ, ਦੈਟ ਵਾਸ ਦਿ ਰੈਡਿਸਨ। ਅੱਛਾ, ਦੈਟ ਵਾਸ ਦਿ ਰੈਡਿਸਨ। ਅੱਛਾ ਜੀ, ਤੇ ਉਸ ਹੋਟਲ ਦੀ ਪ੍ਰੀ ਓਪਨਿੰਗ ਕਰਾਈ। ਮੇਰੀ ਲਰਨਿੰਗ ਇਹ ਹੀ ਰਹੀ ਹੈ ਕਿ ਪ੍ਰੀ ਓਪਨਿੰਗਸ ਆਰ ਦਾ ਬੈਸਟ ਟੀਚਰ, ਕਿਉਂਕਿ ਜਦੋਂ ਤੁਸੀਂ ਹੋਟਲਸ ਖੁਲਵਾਉਂਦੇ ਹੋ ਤੇ ਹਰ ਚੀਜ਼ ਤੁਸੀਂ ਇੱਕ ਤਰੀਕੇ ਨਾਲ ਸੈਟਅਪ ਕਰਨਾ ਸਿੱਖ ਜਾਂਦੇ ਹੋ। ਚਲਦੀ ਚਲਾਈ ਚੀਜ਼ ਨੂੰ ਪ੍ਰੋਬੇਬਲੀ ਚਲਾਉਣਾ ਥੋੜ੍ਹਾ ਜਿਹਾ ਸੌਖਾ ਹੁੰਦਾ ਹੈ ਚੀਜ਼ ਨੂੰ ਆਪਣੇ ਹਿਸਾਬ ਨਾਲ ਸੈੱਟ ਕਰਕੇ ਹੋਟਲ ਨੂੰ, ਉਹਦੇ ਰੈਸਟੋਰੈਂਟਸ ਨੂੰ ਚਲਾਉਣ 'ਚ ਜਿਹੜਾ ਇੱਕ ਇੰਟਰਸਟ ਆਉਂਦਾ ਹੈ, ਉਹਦਾ ਇੱਕ ਆਪਣਾ ਇੱਕ ਚਾਮ ਹੈ, ਆਪਣਾ ਇੱਕ ਉਹਦਾ ਇੱਕ ਆਪਣਾ ਰਸ਼ ਹੈ ਜਿਹੜਾ ਤੁਸੀਂ ਇੰਜੋਏ ਕਰਦੇ ਹੋ। ਫਰੋਮ ਦੈਨ ਆਨਵਰਡਸ ਯੂ ਨੋ ਆਫਟਰ ਦੈਟ ਆਈ ਮੂਵ ਟੂ ਦ ਕਲੈਰਿਜਸ। ਕਲੈਰਿਜਸ ਦੇ ਤਿੰਨ ਹੋਟਲ ਹੁੰਦੇ ਸੀ, ਇੱਕ ਨਾਭਾ ਪੈਲਸ ਮਸੂਰੀ, ਇੱਕ ਦਿੱਲੀ, ਇੱਕ ਅਸੀਂ ਸੂਰਜ ਕੁੰਡ ਦਾ ਹੋਟਲ ਲਿਆ ਸੀ, ਉਹਨਾਂ ਨੂੰ ਸੈਟਅਪ ਕੀਤਾ। ਹਾਂਜੀ, ਔਰ ਬਸ ਫਿਰ ਉਹ ਤੋਂ ਬਾਅਦ ਆਈ ਮੂਵ ਟੂ ਦ ਯੂ ਐਸ
US ਚ ਪਹਿਲਾਂ ਇੱਕ ਇੱਕ ਰੈਸਟੋਰੈਂਟ ਕੰਮ ਫ੍ਰੈਂਚ ਕੀਤਾ, ਇਨਸਪਾਇਰਡ ਰੈਸਟੋਰੈਂਟ ਫ੍ਰੈਂਚ ਐਂਡ ਏਸ਼ੀਅਨ, ਯੈਸ ਯੈਸ, ਯੈਸ ਇਟ ਵਾਸ ਕਾਲਡ ਬੈਂਕ। ਯਾ ਉਹ ਤੋਂ ਬਾਅਦ ਵਰਕ ਵਿਦ ਐਨ ਇੰਡੀਅਨ ਗਰੁੱਪ, ਕੇਮ ਬੈਕ ਟੂ ਇੰਡੀਆ, ਵਰਕਡ ਵਿਦ ਦੀ ਐਕੋਰ ਗਰੁੱਪ ਅਕ੍ਰੋਸ ਬੰਬੇ। ਉਹ ਤੋਂ ਬਾਅਦ ਫਿਰ ਯੂ ਨੋ ਜਸਟ ਜਸਟ ਮੈਂ ਡਿਸਾਈਡ ਕੀਤਾ ਕਿ ਬਹੁਤ ਬਹੁਤ ਹੋ ਗਿਆ ਹੁਣ, ਕੁਛ ਆਪਣੇ ਵਾਸਤੇ ਕਰਦੇ ਹਾਂ ਯੂ ਤੇ ਨੋ। ਮੈਂ ਤੁਹਾਨੂੰ ਹਮੇਸ਼ਾ ਦੇਖਿਆ ਤੁਸੀਂ ਆਲਵੇਜ਼ ਯੂ ਹੈਵ ਬੀਨ ਇਨਸਪਾਇਰਡ ਕਹਿ ਲਓ, ਜਾਂ ਤੁਸੀਂ ਕਹਿ ਲਓ ਕਿ ਯੂ ਲਾਈਕ ਨਿਊ ਚੈਲੰਜਸ ਐਂਡ ਦੈਟਸ ਵਾਟ ਹੈਜ਼ ਡ੍ਰਿਵਨ ਪਾਰਟ ਆਫ ਯੂਰ ਸਕਸੈਸ ਐਜ਼ ਵੈਲ, ਵੁੱਡ ਇਟ ਬੀ ਰਾਈਟ ਟੂ ਸੇ? ਯਾ ਸੋ ਨਾਓ ਯੂ ਨੋ ਐਂਡ ਆਈਲ ਯੂਜ਼ ਦੈਟ ਕਿਊ ਕਿ ਮੈਂ ਉਹਨੂੰ ਟੂ ਟੇਕ ਇਟ ਟੂਵਰਡਸ ਗਰੋਥ। ਯੂ ਨੋ ਇਹ ਤਾਂ ਉਹ ਮਾਈਲ ਸਟੋਨ ਸੀ ਕਿ ਬਈ ਐਗਜ਼ੀਕਿਊਟਿਵ ਚੇਅਰ ਬਣ ਗਿਆ, ਕਾਰਪੋਰੇਟ ਚੇਅਰ ਬਣ ਗਿਆ। ਯੂ ਨੋ ਤੁਸੀਂ ਮਾਈਲ ਸਟੋਨ ਸੈੱਟ ਕਰਦੇ ਹੋ ਆਪਣੇ ਕਰੀਅਰ, ਜਿਹੜੀ ਐਕਚੁਅਲ ਗਰੋਥ ਹੈ ਉਹ ਅੰਦਰੋਂ ਅੰਦਰੂਨੀ ਹੁੰਦੀ ਹੈ ਨਾ। ਹਾਂਜੀ, ਬਾਕੀ ਤਾਂ ਲੋਕਾਂ ਨੂੰ ਦਿਸਦੇ ਆ ਮਾਈਲ ਸਟੋਨ, ਹਾਂਜੀ ਜਿਹੜੀ ਅੰਦਰੂਨੀ ਗਰੋਥ ਹੈ ਆਈ ਥਿੰਕ। ਹਾਂ, ਕਿਉਂਕਿ ਪ੍ਰੋਫੈਸ਼ਨ ਹੀ ਚੈਲੇਂਜਿੰਗ ਹੈ ਐਂਡ ਯੂ ਵੁੱਡ ਨੋ ਗੁਰਸ਼ੇਰ, ਯੂ ਆਰ ਫਰੋਮ ਦ ਸਪੇਸ। ਇਹ ਪ੍ਰੋਫੈਸ਼ਨ ਆਪਣੇ ਆਪ ਚੈਲੇਂਜਿੰਗ ਹੈ ਨਾ, ਹਰ ਕੋਈ ਪਹਿਲੀ ਚੋਇਸ ਨਾਲ ਇਹ ਨਹੀਂ ਹੁੰਦਾ ਕਿ ਜੀ ਅੱਜ ਮੈਂ ਰੋਟੀ ਬਣਾਉਣੀ ਹੈ ਨਾ। ਇਟਸ ਅ ਚੈਲੇਂਜਿੰਗ ਪ੍ਰੋਫੈਸ਼ਨ, ਇਟਸ ਐਨ ਇੰਟਰਸਟਿੰਗ ਪ੍ਰੋਫੈਸ਼ਨ, ਤੇ ਉਹ ਜਿਹੜਾ ਹੈ ਤੁਹਾਡੀ ਗਰੋਥ ਨੂੰ ਪ੍ਰੋਪੈਲ ਕਰਦਾ ਹੈ, ਬਿਕੋਜ਼ ਇਹ ਅਨਕਨਵੈਨਸ਼ਨਲ ਪ੍ਰੋਫੈਸ਼ਨ ਹੈ, ਚੋਇਸ ਤੁਹਾਡੀ ਹੈ, ਰਿਸਪੋਂਸੀਬਲ ਹੋ ਤੁਸੀਂ ਆਪਣੀ ਚੋਇਸ ਵਾਸਤੇ, ਤੇ ਉਹ ਗਰੋਥ ਇਜ਼ ਦੈਨ ਦੈਨ ਪ੍ਰੋਪੈਲਡ ਬਾਏ ਦ ਫੈਕਟ ਦੈਟ ਇਟਸ ਯੋਰ ਚੋਇਸ, ਯੋਰ ਰਿਸਪੋਂਸੀਬਿਲਿਟੀ। ਆਲਸੋ ਇੱਕ ਹੋਰ ਚੀਜ਼ ਜਸਟ ਟੂ ਐਡ ਔਨ ਟੂ ਯੋਰ, ਐਂਡ ਦੈਨ ਮੈਂ ਦੱਸਦਾ ਸ਼ਿੰਗਾਰੇ ਬਾਜੀ ਨੂੰ, ਆਈਲ ਹੈਂਡ ਦ ਬੇਟਨ ਓਵਰ, ਕਿ ਇਹ ਜਿਹੜਾ ਹੈ ਨਾ ਬਹੁਤ ਟੈਸਟਿੰਗ ਪ੍ਰੋਫੈਸ਼ਨ ਹੈ। ਹਾਂਜੀ, ਕਿਚਨ ਦਾ ਪ੍ਰੋਫੈਸ਼ਨ ਜਿਹੜਾ ਤੁਹਾਨੂੰ ਟੈਸਟ ਕਰਦਾ ਹਰ ਵਾਰੀ, ਭਾਵਾਂ ਡਿਮਾਂਡਸ ਹੋਣ, ਭਾਵਾਂ ਡਿਮਾਂਡਸ ਹੋਣ ਟਾਈਮ ਦੀਆਂ, ਭਾਵਾਂ ਡਿਮਾਂਡਸ ਹੋਣ ਬਾਕੀ ਚੀਜ਼ਾਂ ਦੀਆਂ। ਯੂ ਨੋ ਯੂ ਆਰ ਵਰਕਿੰਗ ਔਨ ਡੇਜ਼ ਵੈਨ ਇਟ ਇਜ਼ ਨਾਟ ਅ 9 ਟੂ 5 ਕਾਰਪੋਰੇਟ ਜੌਬ, ਯੂ ਨੋ ਇਟਸ ਨਾਟ ਅ ਕਨਵੈਨਸ਼ਨਲ ਜੌਬ, ਤੇ ਚੈਲੰਜ ਤੁਹਾਨੂੰ ਕਰਦਾ। ਤੇ ਦੋ ਚੀਜ਼ ਬੜੀ ਜ਼ਰੂਰੀ ਹੁੰਦੀ ਹੈ, ਇੱਕ ਤਾਂ ਯੂ ਨੀਡ ਅ ਮੈਂਟੋਰ, ਹਾਂਜੀ, ਔਰ ਦੂਜਾ ਯੂ ਨੀਡ ਅ ਫਰੈਂਡ ਇਨ ਦ ਸੇਮ ਪ੍ਰੋਫੈਸ਼ਨ ਹੂ ਬਿਲੀਵਸ ਇਨ ਯੂ ਮੋਰ ਦੈਨ ਯੂ ਡੂ। ਯੂ ਨੋ ਕਈ ਵਾਰੀ ਚਾਹੀਦਾ ਹੁੰਦਾ ਤੁਹਾਡੇ ਤੇ ਦੂਜਾ ਬੰਦਾ ਤੁਹਾਡੇ ਨਾਲ ਜ਼ਿਆਦਾ ਭਰੋਸਾ ਕਰੇ ਇਸ ਪ੍ਰੋਫੈਸ਼ਨ, ਤੁਹਾਨੂੰ ਕਵੇ ਕਿ ਨਹੀਂ ਮੈਨੂੰ ਪਤਾ ਹੈ, ਆਈ ਐਮ ਆਲਸੋ ਅ ਸ਼ੈਫ, ਆਈ ਨੋ ਯੂ ਬੈਟਰ ਦੈਨ ਦਿਸ, ਯੂ ਨੋ ਐਂਡ ਫੋਰ ਮੀ ਸ਼ਿੰਗਾਰਾ ਭਾਜੀ ਡਿਡ ਦੈਟ। I know, I have been privy to that story a bit, and thank you for the introduction, Shingara Pai. Tusi, Chef Mr. Singh, tusi dasso tuhadi ki story rahi hai, tusi itthe kivein pahunche ho? Badi interesting story hai, bade challenges sige, main tuhanu bade closely dekhya hai, thoda ja share karo sade naal. Haanji, bhaji baapa jada born da Punjab ch hoya, haanji, te jarman aaya 1986 de vich, mera brother sega, haanji, te oh to spar ho gaya like 2018, toh big thing happened to family, you know. Haan ji, haan ji. Oh, paaji sport de karke, bhraavan de family join karke, aap itthe ta pahunche, par bade tough time dekhe hai na, like main jadon aaya 86 de vich, main brother de kol aaya, to ohne mainu kaam te loaya, jiddan bhi restaurant de vich Leonardo da Vinci, family owner se kaam karde, main dishwashing kiti like 3 months, right? ਹਾਂਜੀ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਤੁਹਾਡੀ ਸਪੈਸ਼ਲਿਟੀ ਐਕਚੁਅਲੀ ਇੰਡੀਅਨ ਨਹੀਂ ਬਟ ਇਟਾਲੀਅਨ ਕੁਜ਼ੀਨ ਐਂਡ ਐਂਡ ਯੂ ਆਰ ਨੋਨ ਫੋਰ ਇਟਾਲੀਅਨ ਕੁਜ਼ੀਨ ਇਨ ਬੋਸਟਨ ਮੋਰ ਦੈਨ ਇੰਡੀਅਨ ਕੁਜ਼ੀਨ। ਤੁਸੀਂ ਥੋੜ੍ਹਾ ਦੱਸੋ ਕਿ ਤੁਸੀਂ ਉਹ ਕਿਵੇਂ ਲਰਨ ਕੀਤਾ, ਤੁਸੀਂ ਕਿਵੇਂ ਪਹੁੰਚੇ ਉੱਥੇ, ਬਿਕੋਜ਼ ਬੜੇ ਘੱਟ ਪੰਜਾਬੀ ਸ਼ੈਫ ਹੈਗੇ ਸਾਡੇ। ਹਾਂਜੀ, ਜਦੋਂ ਮੈਂ ਜਰਮਨੀ ਸ਼ੁਰੂ ਕੀਤਾ 1986 ਦੇ ਵਿੱਚ, ਡਿਸ਼ ਵਾਸ਼ਿੰਗ ਦਾ 3 ਮਹੀਨੇ ਭਾਂਡੇ ਧੋਤੇ, ਤੋਂ ਮਾਲਕ ਇਟਾਲੀਅਨ ਸੀ, ਆਲਦੋ ਫਰਾਰੋ, ਲਿਓਨਾਰਡੋ ਦਾ ਵਿੰਚੀ ਰੈਸਟੋਰੈਂਟ ਦਾ ਨਾਮ ਸੀ। ਉਹ 3 ਮਹੀਨੇ ਬਾਅਦ ਕਹਿੰਦਾ ਮਿਸਟਰ ਸਿੰਘ, ਕਹਿੰਦਾ ਤੇਰੇ ਹੁਣ ਭਾਂਡੇ ਨਹੀਂ ਧਵਾਉਣੇ, ਮੈਂ ਕੀ ਯਾਰ ਮੈਨੂੰ ਜੋਬ ਤੋਂ ਫਾਰ ਕਰਨਾ ਹੋਊਗਾ, ਕਹਿੰਦਾ ਟੂ ਵਰਕ ਵਿਦ ਮੀ, ਤੇ ਮੈਂ ਉਹਦੇ ਨਾਲ ਡੱਚ ਬੋਲਦਾ ਇਟਾਲੀਅਨ ਬੋਲਦਾ ਸੀ ਹੈ ਨਾ, ਤੇ ਐਨੀਵੇ ਉਹਨੇ ਮੈਨੂੰ ਸਾਈਡ ਸਾਈਡ ਖੜਾ ਤੇ 2 ਸਾਲ ਦੇ ਵਿੱਚ 2 ਸਾਲ ਦੇ ਵਿੱਚ ਮੈਨੂੰ ਕਿਚਨ ਦੇ ਦਿੱਤੀ, ਕਹਿੰਦਾ ਯੂ ਰਨ ਦਾ ਰੈਸਟੋਰੈਂਟ, ਤੇ ਮੈਂ 5 ਸਾਲ ਇਟਾਲੀਅਨ ਦਾ ਸ਼ੈਫ ਰਿਹਾ ਉਹਦੇ ਰੈਸਟੋਰੈਂਟ। ਚਲੋ, ਤੇ ਫਿਰ 90 ਵੈਰੀ ਨਾਈਸ ਫੈਮਿਲੀ, ਉਹਨੇ ਮੈਨੂੰ ਟੀਚਿੰਗ ਕੀਤਾ ਇਟਾਲੀਅਨ ਬੋਲੀ। ਐਂਡ ਅੱਜ ਦੀ ਡੇਟ 'ਚ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਤੁਹਾਡੇ 5 ਰੈਸਟੋਰੈਂਟ ਨੇ ਬੋਸਟਨ 'ਚ, ਜੇ ਵਿਚ ਇਜ਼ ਐਨ ਅਚੀਵਮੈਂਟ ਬਾਏ ਇਟਸੈਲਫ, ਵਿਚ ਇਜ਼ ਇਟਾਲੀਅਨ ਪੀਜ਼ਾ, ਸਾਊਥ ਇੰਡੀਅਨ, ਇੰਡੀਅਨ ਐਂਡ ਆਈ ਬਿਲੀਵ 1 ਮੋਰ, ਬਟ ਕੰਗਰੈਚੁਲੇਸ਼ਨਸ ਔਨ ਔਨ ਦੈਟ ਸਕਸੈਸ ਐਜ਼ ਵੈਲ। ਥੈਂਕ ਯੂ ਜੀ। ਅਤੇ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਵਿਲ ਬੀ ਰਾਈਟ ਬੈਕ, ਤੁਸੀਂ ਸਾਡੇ ਨਾਲ ਬਣੇ ਰਹੋ, ਅਸੀਂ ਇਹ ਕਨਵਰਸੇਸ਼ਨ ਮਿਸਟਰ ਬਰਾੜ ਅਤੇ ਮਿਸਟਰ ਸਿੰਘ ਨਾਲ ਜਾਰੀ ਰੱਖਾਂਗੇ। ਦ ਵੇ ਫੋਰਵਰਡ 'ਚ ਤੁਹਾਡਾ ਦੁਬਾਰਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਮਿਸਟਰ ਬਰਾੜ ਅਤੇ ਮਿਸਟਰ ਸਿੰਘ ਨਾਲ। ਮਿਸਟਰ ਬਰਾੜ ਆਰ ਬੇਸਡ ਇਨ ਮੁੰਬਈ, ਸੈਲੀਬ੍ਰਿਟੀ ਸ਼ੈਫ, ਐਂਡ ਮਿਸਟਰ ਸਿੰਘ ਸ਼ੈਫ ਇਨ ਬੋਸਟਨ।
Thank you so much for being with us again, Mr. Brian, Mr. Singh. Next thing I wanted to ask you, and really, ਜਿਵੇਂ ਮੈਂ ਤੁਸੀਂ ਤੁਹਾਨੂੰ ਦੋਨਾਂ ਨੂੰ ਦੇਖਦਾ ਹਾਂ, ਇੱਕ ਤਾਂ ਤੁਹਾਡੀ ਫਰੈਂਡਸ਼ਿਪ ਇਤਨੀ ਇੰਨੀ ਇੰਨੀ ਤਗੜੀ ਹੈ, ਤੁਸੀਂ ਇੱਕ ਦੂਜੇ ਨੂੰ ਸਪੋਰਟ ਕੀਤੀ ਬਹੁਤ ਜ਼ਿਆਦਾ ਰੈਸਟੋਰੈਂਟ ਇੰਡਸਟਰੀ 'ਚ, ਵੈਦਰ ਇਟਸ ਬੋਸਟਨ, ਵੈਦਰ ਇਟਸ ਅਦਰਵੇਜ਼, ਯੂ ਨੋ, ਟ੍ਰੇਨਿੰਗ ਸਪੈਸੀਫਿਕ. ਮੈਂ ਇੱਕ ਕੰਪੈਰੀਜ਼ਨ ਸਾਡੇ ਦਰਸ਼ਕਾਂ ਨੂੰ ਡਰਾਅ ਕਰਨਾ ਚਾਹੁੰਦਾ ਹਾਂ ਕਿ Mr. Brar, you came from a formal education background, went to IHM, did graduation, learned the best of cuisines, ground up in a very systematic way. Mr. Singh, to see bilkuli, you know, ground up, rudimentary learning, so aaye ho jithe to see sara kuch aap sikhya hai, nale sikhya hai, nale onu evolve kita hai. ਅਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੂੰਗਾ ਮਿਸਟਰ ਬਰਾਰ, ਟੂ ਸਟਾਰਟ ਵਿਦ ਯੂ, ਫਾਰਮਲ ਐਜੂਕੇਸ਼ਨ, ਯੂ ਨੋ, ਹਾਊ ਮੱਚ ਡੂ ਯੂ ਐਟਰੀਬਿਊਟ ਦੈਟ ਟੂ ਯੂਅਰ ਸਕਸੈਸ, ਹਾਊ ਇੰਪੋਰਟੈਂਟ ਇਟ ਇਜ਼, ਹਾਊ ਡੂ ਯੂ ਸੀ ਇਟ ਇਵੋਲਵਿੰਗ, ਮਤਲਬ ਕੀ, ਲਾਈਕ ਟੈਲ ਅਸ ਅਬਾਊਟ, ਯੂ ਨੋ, ਯੂਅਰ ਬੈਕਗਰਾਊਂਡ ਅਬਾਊਟ ਫਾਰਮਲ ਐਜੂਕੇਸ਼ਨ. ਸ਼ੋਰ, ਥੈਂਕ ਯੂ ਸ਼ੇਰ. ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਫਾਰਮਲ ਐਜੂਕੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਇੱਕ ਇਹ ਤੁਹਾਨੂੰ ਇੱਕ ਸਟਰਕਚਰਡ ਤਰੀਕੇ ਨਾਲ ਨਾ ਪਹਿਲਾ ਕਦਮ ਤੁਹਾਡਾ ਜਿਹੜਾ ਥੋੜ੍ਹਾ ਮਜ਼ਬੂਤ ਕਰ ਦਿੰਦੀ ਹੈ. ਉਹਦੇ ਬਿਯੋਂਡ ਜਿਹੜੀ ਜਿਹੜੀ ਜਿਹੜਾ ਪ੍ਰੋਫੈਸ਼ਨ ਹੈ ਰੋਟੀ ਬਣਾਉਣ ਦਾ ਐਜ਼ ਸ਼ੈਫਸ, ਇਹ ਪ੍ਰੋਫੈਸ਼ਨ ਬਹੁਤ ਸਕਿੱਲ ਬੇਸਡ ਪ੍ਰੋਫੈਸ਼ਨ, ਯੂ ਨੋ, ਉਹ ਗੱਲੀ ਜੋਗ ਨਾ ਹੋਈ ਵਾਲੀ ਗੱਲ ਹੋ ਜਾਂਦੀ ਹੈ ਨਾ, ਯੂ ਨੋ, ਯੂ 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 ਗੋਟ ਟੂ ਬੀ ਹੈਂਡਸ ਔਨ, ਦੀ ਓਨਲੀ ਲਰਨਿੰਗ ਜਿਹੜੀ ਤੁਸੀਂ ਕਰਦੇ ਹੋ ਉਹ ਹੈਂਡਸ ਔਨ ਹੀ ਕਰਦੇ ਹੋ. ਲੇਕਿਨ ਫਾਰਮਲ ਐਜੂਕੇਸ਼ਨ ਇੱਕ ਤਰ੍ਹਾਂ ਤੁਹਾਨੂੰ ਸਟਰਕਚਰ ਦੇ ਦਿੰਦੀ ਹੈ, ਤੁਹਾਡੇ ਦਿਮਾਗ 'ਚ ਅੱਡ ਅੱਡ ਬੇਸਿਕਸ ਦੀ ਜਗ੍ਹਾ ਬਣਾ ਦਿੰਦੀ ਹੈ, ਫਿਰ ਤੁਸੀਂ ਉਹਦੇ ਉੱਪਰ ਕਿੱਦਾਂ ਬਿਲਡ ਕਰਦੇ ਹੋ ਤੁਹਾਡੇ ਉੱਪਰ ਹੈ. ਆਈ ਆਲਵੇਸ ਟੈਲ ਪੀਪਲ, ਇਹ ਨਾ ਸਾਈਕਲ ਚਲਾਉਣ ਵਾਂਗੂ ਜਾਂ ਸਵਿਮਿੰਗ ਵਾਂਗੂ ਹੈ, ਰਾਈਟ? ਤੁਸੀਂ ਕਿਤਾਬਾਂ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ ਕਿ ਸਾਈਕਲ ਇੱਦਾਂ ਚਲਾਉਣੀ, ਇੱਦਾਂ ਚਲਾਉਣੀ, ਇੱਦਾਂ ਚਲਾਉਣੀ, ਅਤੇ ਇਵੈਂਚੁਅਲੀ ਤਾਂ ਜੋ ਤੁਸੀਂ ਚਲਾਓਗੇ ਉਹਦੇ ਸਿੱਖੋਗੇ. ਹਾਂਜੀ, ਰਾਈਟ. ਅਤੇ ਇਹ ਜਿਹੜਾ ਪ੍ਰੋਫੈਸ਼ਨ ਹੈ, ਬਿਕੋਜ਼ ਇਟ ਸਕਿੱਲ ਬੇਸਡ, ਯੂ ਗੋਟ ਡੂ ਇਟ ਟੂ ਲਰਨ ਇਟ, ਦ ਰੀਅਲ ਵੇ ਟੂ ਲਰਨ ਇਟ ਇਸ ਟੂ ਡੂ ਇਟ. ਸੋ ਰਣਵੀਰ, ਇੱਕ ਚੀਜ਼ ਪੁੱਛਣਾ ਚਾਹੂੰਗਾ, ਸਾਰੇ ਸਕਸੈਸ ਜਿਹੜਾ ਅਸੀਂ ਪ੍ਰੋਫੈਸ਼ਨਲ ਸਕਸੈਸ ਨੂੰ ਐਟਰੀਬਿਊਟ ਕਰਦੇ ਹਾਂ, ਵੀ ਕਾਲ ਇਟ ਇਨ ਦਾ ਪ੍ਰੋਫੈਸ਼ਨਲ ਵਰਲਡ, ਮੋਰ ਇਨ ਕਾਰਪੋਰੇਟ ਵਰਲਡ, ਨੋਟ ਸੋ ਮਚ ਇਨ ਯੋਰ ਇੰਡਸਟਰੀ, ਇਜ਼ ਨੌਲੇਜ, ਸਕਿੱਲ ਐਂਡ ਐਟੀਟਿਊਡ. ਤੁਸੀਂ ਸਕਿੱਲ ਕਿਹਾ, ਬੜੀ ਇੰਟਰਸਟਿੰਗ ਗੱਲ ਕੀਤੀ. ਯੈਸ, ਬੀਂਗ ਅ ਸ਼ੈਫ, ਬੀਂਗ ਅ ਕਾਰਪੋਰੇਟ ਸ਼ੈਫ ਔਰ ਸੈਲੀਬ੍ਰਿਟੀ ਸ਼ੈਫ, ਯੂ ਡੈਫੀਨੇਟਲੀ ਨੀਡ ਅ ਸਕਿੱਲ. ਵਟ ਇਜ਼ ਦੀ ਐਮਫੋਸਿਸ ਔਨ ਔਨ ਨੌਲੇਜ ਐਂਡ ਐਟੀਟਿਊਡ? ਵੇਖੋ, ਇਹ ਜਿਹੜਾ ਨੌਲੇਜ ਵਾਲਾ ਪਾਰਟ ਹੈ ਨਾ ਗੁਰਸ਼ੇਰ, ਇਨੀਸ਼ੀਅਲੀ ਕੀ ਹੁੰਦਾ ਹੈ, ਵੈਨ ਯੂ ਆਰ ਇਨ ਕਾਲਜ, ਵਟ ਯੂ ਲਰਨਿੰਗ ਇਜ਼ ਐਸੈਂਸ਼ਲੀ ਦ ਮੋਸਟ ਬੇਸਿਕ ਨੌਲੇਜ, ਰਾਈਟ? ਜਿਹੜੀ ਜਿਹੜਾ ਕੁਕਿੰਗ ਐਜ਼ ਅ ਪ੍ਰੋਫੈਸ਼ਨ ਹੈ, 99% ਇਹਦੀ ਨੌਲੇਜ ਤੁਸੀਂ ਔਨ ਦਾ ਜੋਬ ਲੈਂਦੇ ਹੋ, ਬਿਕੋਜ਼ ਇਹ ਐਵਰ ਇਵੋਲਵਿੰਗ ਪ੍ਰੋਫੈਸ਼ਨ ਹੈ. ਯੂ ਨੋ, ਤੁਸੀਂ ਅਨਲਾਈਕ ਮੋਸਟ ਅਦਰ ਬਿਜ਼ਨਸ ਕੋਰਸਿਸ, ਜਿੱਥੇ ਤੁਸੀਂ ਬਹੁਤ ਹੀ ਸਟਰੋਂਗ ਫੰਡਾਮੈਂਟਲਸ ਬਿਲੀਵ ਕਰਦੇ ਹੋ, ਉਹਨਾਂ ਦੀ ਫੰਡਾਮੈਂਟਲਸ ਨੂੰ ਅਪਲਾਈ ਕਰਦੇ ਹੋ ਅਕਰੋਸ, ਇੱਥੇ ਵੀ ਉਹ ਕਰਦੇ ਹੋ, ਬਟ ਤੁਹਾਡੀ ਸਟਾਈਲ, ਤੁਹਾਡੀ ਪਰਸਨੈਲਿਟੀ, ਐਕਸਪ੍ਰੈਸ਼ਨ, ਉਹ ਜਿਹੜਾ ਹੈ ਡਿਵੈਲਪ ਹੁੰਦਾ ਇਨ ਦਾ ਇੰਡਸਟਰੀ, ਐਂਡ 90% ਆਫ ਦੈਟ ਨੌਲੇਜ ਇਜ਼ ਡਿਵੈਲਪਡ ਇਨ ਦਾ ਇੰਡਸਟਰੀ. ਜਦੋਂ ਤੱਕ ਐਟੀਟਿਊਡ ਦੀ ਗੱਲ ਹੈ, ਆਈ ਥਿੰਕ ਇੱਕ ਦੇਰ ਇਜ਼ ਨੋ ਸ਼ੈਫ ਵਿਦਆਊਟ ਐਨ ਐਟੀਟਿਊਡ ਕਹਿੰਦੇ ਨਾ ਅੰਗਰੇਜ਼ੀ 'ਚ, ਅਤੇ ਐਟੀਟਿਊਡ ਬਹੁਤ ਜ਼ਰੂਰੀ ਹੈ, ਇੱਕ ਪਰਸਨੈਲਿਟੀ ਹੋਣਾ ਬਹੁਤ ਜ਼ਰੂਰੀ ਹੈ ਇਨ ਇਨ ਦਿਸ ਪ੍ਰੋਫੈਸ਼ਨ, ਬਿਕੋਜ਼ ਉਹੀ ਪਰਸਨੈਲਿਟੀ ਫਿਰ ਤੁਹਾਡੀ ਖਾਣੇ 'ਚ ਨਿਕਲ ਕੇ ਆਉਂਦੀ ਹੈ, ਉਹੀ ਪਰਸਨੈਲਿਟੀ ਲੋਕ ਅਪਰੀਸ਼ੀਏਟ ਕਰਦੇ ਹੈ, ਦੇ ਕਮ ਫੋਰ ਯੂ ਵਿਚ ਸ਼ੋਜ਼ ਇਨ ਯੂਰ ਫੂਡ. ਬਟ ਬੀਇੰਗ ਅ ਸ਼ੈਫ ਇਜ਼ ਆਲਮੋਸਟ ਬਾਰਡਰ ਲਾਈਨ ਸੈਂਟ੍ਰਿਸਿਟੀ ਐਸ ਵੈਲ ਐਸ ਵੈਲ, ਯੂ ਵੁੱਡ ਅਗਰੀ? ਆਈ ਸਟਿਲ ਰਿਮੈਂਬਰ ਦੇ ਵਾਜ਼ ਐਨ ਇੰਸਟੈਂਸ ਕਿ ਤੁਹਾਡੇ ਜਿਹੜੇ ਬੈਂਕ ਦੇ ਰੈਸਟੋਰੈਂਟ ਓਨਰ ਸੀ, ਯੂ ਟੋਲਡ ਹਿਮ ਕਿ ਲਿਸਨ, ਆਈ ਐਮ ਡਨ, and he basically was running all over ki bhai ki ho gaya, don't do this, and there's so much of investment. But I have seen you evolve over a period of time as well, not, you know, not just being close to you, but overall I've seen that. But having said that, Mr. Singh, tusi dasso, tuhade kol formal education nahi hai, main tuhanu janda hun, tusi mainu kafi stories apne bare dassi hain. Your education level is till 4th standard. However, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਤੁਸੀਂ ਨੋਟ ਜਸਟ ਯੂ ਸਪੀਕ ਇੰਗਲਿਸ਼ ਐਂਡ ਪੰਜਾਬੀ, ਤੁਸੀਂ ਸਪੈਨਿਸ਼ ਬੋਲਦੇ ਹੋ, ਅਤੇ ਤੁਸੀਂ ਇਟਾਲੀਅਨ ਵੀ ਬੋਲਦੇ ਹੋ, ਅਤੇ ਥੋੜ੍ਹਾ ਜਿਹਾ ਜਰਮਨ ਵੀ ਬੋਲਦੇ ਹੋ.
And not that, that has reflected in your customer service orientation in your businesses. ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਦਆਊਟ ਐਜੂਕੇਸ਼ਨ ਹਾਊ ਡਿਡ ਯੂ ਰੀਚ ਵੇਅਰ ਯੂ ਆਰ, ਤੁਹਾਡੀ ਕਿਵੇਂ ਲਰਨਿੰਗਸ ਹੋਈਆਂ? ਤੁਸੀਂ ਸਕੂਲ ਨਹੀਂ ਗਏ ਕਲਨਰੀ ਲਈ ਨਾ ਬਿਜ਼ਨਸ ਲਈ, ਤੇ ਦੱਸੋ ਸਾਨੂੰ ਤੁਹਾਡੇ ਕੇ ਕੀ ਸਕਸੈਸ ਫਾਰਮੂਲਾ ਹੈ। ਸਟਾਰਟਿੰਗ ਵਿੱਚ ਜਦੋਂ ਮੈਂ ਜਰਮਨ ਵਿੱਚ ਆਇਆ ਤੇ ਮੈਂ ਨਵਾਂ ਨਵਾਂ ਸੀ ਪੰਜਾਬੀ ਬੋਲਦਾ, ਨਾ ਜਰਮਨ ਤੇ ਨਾ ਕੋਈ ਹੋਰ ਲੈਂਗੁਏਜ ਬੋਲਦਾ। ਮੇਰਾ ਬ੍ਰਦਰ ਚਲੋ ਮਹਾਰਾਜ ਵੀ ਲੈ ਗਿਆ ਨਾਲ, ਉਹ ਕਹਿੰਦਾ ਡਰਨਾ ਨੀ ਕਦੀ ਜ਼ਿੰਦਗੀ, ਅਕਾਲੀ ਬੋਲ ਜਿੱਦਾਂ ਦੀ ਮੂੰਹ ਚੋਂ ਕੱਢ। ਬੰਦੇ ਨੂੰ ਇਹੋ ਜਿਹੀ ਗੱਲਾਂ ਸਿਖਾਲੀਆਂ ਮੇਰੇ ਦਿਮਾਗ ਵਿੱਚ ਬਹਿ ਗਈਆਂ। ਅੱਜ ਮੈਂ ਉਹਦੀ ਬਦੌਲਤ ਭਾਜੀ ਇੱਥੇ ਆ। ਲੈਂਗੁਏਜ ਜਿਹੜੀ ਮਰਜ਼ੀ ਹੋਵੇ ਪਰ ਤੁਹਾਡੇ ਦਿਲ 'ਚ ਹੋਣਾ ਚਾਹੀਦਾ ਤੁਸੀਂ ਕੀ ਕਰ ਰਹੇ ਹਾਂ। ਤੇ ਡਰਨਾ ਨਹੀਂ ਹੈਗਾ, ਜੇ ਬੰਦਾ ਡਰ ਗਿਆ ਸੋ ਮਰ ਗਿਆ। ਹਾਂਜੀ, ਇਸ ਕਰਕੇ ਪੜ੍ਹਾਈ ਜਿਹੜੀ ਆ, ਪੜ੍ਹਾਈ ਆਪਣੇ ਮਹਾਰਾਜ ਨੇ ਤੇਰੇ ਦਿਮਾਗ 'ਚ ਔੜੀ ਭਰੀ ਹੈ, ਰਾਈਟ। ਮੈਨੂੰ ਲੱਗਦਾ ਤੁਸੀਂ ਆਪਣੀ ਇੰਨੀ ਹਾਰਡ ਵਰਕ ਤੇ ਇੰਨੀ ਪਰਸਿਸਟੈਂਸ ਦੇ ਨਾਲ ਉਹ ਓਵਰਕਮ ਕਰ ਲਈ ਉਹ ਐਜੂਕੇਸ਼ਨ ਦਾ ਗੈਪ। ਹਾਂਜੀ ਹਾਂਜੀ, ਹੁਣ ਦੇਖ ਲਓ ਟਾਈਮ ਥੋੜਾ ਦੇਖੀਦਾ, ਪਰ ਬਾਬੇ ਦੇ ਨਾ ਜਿੱਦਾਂ ਵੀ ਪੜ੍ਹਾਈ ਜ਼ਰੂਰੀ ਆ ਇਹ ਨਹੀਂ ਕਹਿੰਦੇ, ਪਰ ਤੁਹਾਡਾ ਆਪਣੇ ਆਪ ਜੀ ਕੰਪਿਊਟਰ ਹੋਣਾ ਚਾਹੀਦਾ ਵੀ ਮੈਂ ਕੀ ਕਰਨਾ ਚਾਹੁੰਦਾ। ਹਾਂਜੀ, ਸਹੀ ਗੱਲ ਕਿ ਨਹੀਂ? ਹੁਣ ਨਹੀਂ ਪੜ੍ਹੇ ਪਰ ਬਾਬੇ ਨੂੰ ਫਿਰ ਵੀ ਆਪਣੀ ਤਰੱਕੀ 'ਤੇ ਲਿਆਉਂਦਾ, ਪਰ ਉਹ ਮਹਾਰਾਜ ਨੂੰ ਲੈ ਕੇ ਤੁਰੋ, ਸਵੇਰੇ ਗੁਰੂ ਭਾਅ ਮੱਥਾ ਟੇਕ ਕੇ ਕਰੋ, ਤੁਰੋ ਸਭ ਕੁਛ ਤੁਹਾਨੂੰ ਮਿਲਦਾ। ਅਤੇ ਅੱਜ ਮੈਂ ਬਾਬੇ ਦੀ ਬਦੌਲਤ ਇੱਥੇ ਬੈਠਾ ਹਾਂ, ਭਰਾਵਾਂ ਦੇ ਆਸਰੇ ਨਾਲ, ਜੁਆਇੰਟ ਫੈਮਿਲੀ ਆ। ਹਾਂਜੀ, ਤੇ ਥੈਂਕ ਯੂ ਸੋ ਮੱਚ ਮਿਸਟਰ ਸਿੰਘ। ਆਈ ਵੀ ਆਲਰੇਡੀ ਨੋ ਕਿ ਤੁਸੀਂ ਕਿੰਨੇ ਕੋਈ ਕਰਦਾ ਸਭ ਕੁਛ। ਹਾਂਜੀ, ਨਹੀਂ ਨਹੀਂ ਉਹ ਬਿਲਕੁਲ ਠੀਕ ਕਹਿ ਰਹੇ, ਬਾਬੇ ਦੀ ਦੁਆ ਤਾਂ ਹਮੇਸ਼ਾ ਚਾਹੀਦੀ ਹੁੰਦੀ ਹੈ, ਮੇਰ ਨਾਲ ਹੀ ਸਾਰਾ ਕੁਛ ਹੁੰਦਾ ਹੈ। ਤੁਸੀਂ ਮੈਨੂੰ ਦੱਸੋ ਕਿ ਮਿਸਟਰ ਬਰਾੜ, ਤੁਸੀਂ ਮਿਸਟਰ ਸਿੰਘ ਨੂੰ ਦੇਖ ਰਹੇ ਹੋ ਇੰਨੇ ਸਾਲਾਂ ਤੋਂ, ਯੂ ਹੈਵ ਸੀਨ ਹਿਮ ਇਵੋਲਵ ਇਨ ਹਿਸ ਬਿਜ਼ਨਸ ਐਂਡ ਐਜ਼ ਐਜ਼ ਅ ਸ਼ੈਫ, ਤੁਹਾਡਾ ਕਾਫੀ ਇਨਫਲੂਐਂਸ ਰਿਹਾ ਹੈ ਉਹਦੇ 'ਤੇ। ਹਾਊ ਵੁੱਡ ਯੂ ਡਿਸਕ੍ਰਾਈਬ ਹਿਮ ਐਂਡ ਹਿਸ ਸਕਸੈਸ ਓਵਰਆਲ? ਇਟਸ ਈਜ਼ੀ ਫੋਰ ਮੀ ਟੂ ਪੁੱਟ ਵਰਡਸ ਤੁਹਾਡੇ ਸਕਸੈਸ ਲਈ, ਬਟ ਆਈ ਵਾਂਟ ਟੂ ਲਿਸਨ ਫਰੋਮ ਯੂ ਅਬਾਊਟ ਹਿਸ ਸਕਸੈਸ। ਨੋ, ਸੋ ਗੁਰਸ਼ੇਰ, ਬੋਥ ਯੂ ਐਂਡ ਆਈ ਥਿੰਕ ਵੀ ਬੀਨ ਵੈਰੀ ਕਲੋਜ਼ ਟੂ ਹਿਮ, ਐਂਡ ਅਸੀਂ ਦੋਵਾਂ ਨੇ ਇਹਨਾਂ ਦੀ ਜਰਨੀ ਫੋਲੋ ਕੀਤੀ, ਔਰ ਇਹਨਾਂ ਨੇ ਜਿੱਦਾਂ ਕਹਿਤਾ ਕਿ ਸਵੇਰੇ ਉੱਠੋ, ਬਾਬੇ ਦਾ ਨਾਂ ਲਓ, ਸਭ ਠੀਕ ਹੋ ਜਾਏਗਾ। ਆਈ ਥਿੰਕ ਇਟ ਇਜ਼ ਓਨਾ ਓਨਾ ਸੌਖਾ ਪ੍ਰੋਬਲਮ ਨਹੀਂ ਹੈ, ਬਾਬੇ ਦਾ ਨਾਂ ਲੈਣਾ ਬਹੁਤ ਜ਼ਰੂਰੀ ਹੈ ਸਵੇਰੇ ਉੱਠ ਕੇ। ਬਟ ਆਈ ਥਿੰਕ ਜਿਹੜਾ ਜਿਹੜੀ ਚੀਜ਼ ਮੈਨੂੰ ਜੋੜਦੀ ਹੈ ਐਜ਼ ਅ ਸ਼ੈਫ, ਪਹਿਲਾਂ ਸ਼ਿੰਗਾਰੇ ਭਾਅ ਜੀ ਨਾਲ ਹੈ, ਉਹ ਇੱਕ ਜਿਹੜੀ ਇਹਨਾਂ ਦੇ ਅੰਦਰ ਇੱਕ ਚਾਈਲਡ ਲਾਈਕ ਕਿਉਰਿਓਸਿਟੀ ਹੈ ਟੂਵਰਡਸ ਫੂਡ। ਹਾਂਜੀ, ਯੂ ਨੋ, ਕੋਈ ਵੀ ਚੀਜ਼, ਕਿਸੇ ਵੀ ਚੀਜ਼ ਪ੍ਰਤੀ ਇਸ ਉਮਰ 'ਚ ਵੀ ਓਪਨ ਰਹਿਣਾ, ਕਿਉਂਕਿ ਬਹੁਤ ਆਸਾਨ ਹੁੰਦਾ ਹੈ, ਖਾਸ ਤੌਰ ਸਾਡੇ ਪ੍ਰੋਫੈਸ਼ਨ ਬਹੁਤ ਆਸਾਨ ਹੁੰਦਾ ਜੇ ਅਸੀਂ ਇੱਕ ਛੋਟਾ ਜਿਹਾ ਰੈਸਟੋਰੈਂਟ ਬਣਾ ਕੇ ਆਪਣੀ ਮੈਂਟਲ ਵਾਲ ਉਹਦੇ ਅਰਾਊਂਡ ਕ੍ਰੀਏਟ ਕਰ ਸਕਦੇ ਹਾਂ ਕਿ ਆਹ ਮੇਰਾ ਰੈਸਟੋਰੈਂਟ ਹੈ ਜੀ, ਆਹ ਮੇਰੀ ਦੀਵਾਰ ਹੈ, ਐਂਡ ਮੈਨੂੰ ਜਿੰਨਾ ਜਾਣਨਾ ਹੈ ਮੈਂ ਉਨਾ ਜਾਣਦਾ। ਆਈ ਥਿੰਕ ਉਹ ਜਿਹੜੀ ਕੁਆਲਿਟੀ ਹੈ ਨਾ ਉਹ ਸ਼ਿੰਗਾਰੇ ਭਾਜੀ ਦੀ, ਇਟ ਸਟੈਂਡਸ ਆਊਟ ਫੋਰ ਲਰਨਿੰਗ। ਜਿਹੜੇ ਅਸੀਂ ਸਮਟਾਈਮਸ ਐਜੂਕੇਸ਼ਨ ਜਿਹੜੀ ਹੈ ਇੱਕ ਬੈਰੀਅਰ ਬਣਾ ਦਿੰਦੀ ਹੈ ਤੁਹਾਡੇ ਅਰਾਊਂਡ ਕਿ ਨਹੀਂ ਮੈਂ ਇਸ ਕਾਲਜ ਦਾ ਪੜ੍ਹਿਆ, ਮੈਂ ਇਸ ਕਾਲਜ ਦਾ ਪੜ੍ਹਿਆ। ਸਮਟਾਈਮਸ ਐਜੂਕੇਸ਼ਨ ਕ੍ਰੀਏਟਸ ਦੋਜ਼ ਬੈਰੀਅਰ, ਇਹਨਾਂ ਦੇ ਇਹਨੂੰ ਸ਼ਿੰਗਾਰੇ ਭਾਜੀ ਦੇ ਕੋਲ ਉਹ ਬੈਰੀਅਰ ਨਹੀਂ। ਦੂਜਾ, ਐਂਡ ਆਈਲ ਕੁਇਕਲੀ ਸਮ ਇਟ ਅਪ, ਆਈ ਨੋ ਵੀ ਰਨਿੰਗ ਸ਼ੋਰਟ ਟਾਈਮ, ਐਂਡ ਯੂ ਆਲਸੋ ਵੁੱਡ ਵਾਂਟ ਟੂ ਸੇ ਸਮਥਿੰਗ ਬਿਕਾਜ਼ ਯੂ ਆਰ ਆਲਸੋ ਐਜ਼ ਕਲੋਜ਼ ਟੂ ਹਿਮ। ਦੂਜੀ ਚੀਜ਼ ਮੈਨੂੰ ਲੱਗਦੀ ਹੈ ਕਿ ਅਸੀਂ ਲੋਕਾਂ ਦੀਆਂ ਗੱਲਾਂ ਤੇ ਲੋਕਾਂ ਦੀਆਂ ਗੱਲਾਂ ਤੋਂ ਮਿਲੀ ਹੋਈ ਸੀਖ ਨੂੰ ਕਈ ਵਾਰੀ ਫੋਰ ਗ੍ਰਾਂਟਿਡ ਲੈਣ ਲੱਗ ਜਾਂਦੇ ਹਾਂ ਜਦੋਂ ਅਸੀਂ ਪੜ੍ਹ ਲਿਖ ਲੈਂਦੇ ਹਾਂ, ਯੂ ਨੋ। ਬਟ ਸ਼ਿੰਗਾਰੇ ਭਾਜੀ ਲਰਨਸ ਫਰੋਮ ਪੀਪਲ, ਹੀ ਲਰਨਸ ਫਰੋਮ ਦਾ ਵਰਲਡ, ਉਹ ਦੁਨੀਆਂ ਤੋਂ ਤੇ ਗੱਲਾਂ ਤੋਂ ਸਿੱਖਦੇ ਆ। ਉਸ ਚੀਜ਼ ਦੀ ਅਸੀਂ ਅਹਿਮੀਅਤ ਜਿਹੜੀ ਹੈ ਨਾ ਜ਼ਿਆਦਾ ਪੜ੍ਹਾਈ ਲਿਖਾਈ ਕਰਕੇ ਗਵਾ ਦਿੰਦੇ ਹਾਂ। ਤੁਸੀਂ ਇਹ ਬਹੁਤ ਚੰਗੀ ਪੁਆਇੰਟ ਆਊਟ ਕੀਤੀ ਹੈ, ਮੈਂ ਇਹਦੇ ਬਾਰੇ ਇਹ ਗੱਲ ਕਰਨਾ ਚਾਹੂੰਗਾ ਕਿ ਸ਼ਿੰਗਾਰਾ, ਮਿਸਟਰ ਸ਼ਿੰਗਾਰਾ ਭਾਅ ਜੀ ਨੇ ਜਿਹੜੀ ਇੰਸਪੀਰੇਸ਼ਨ ਨੋਟ ਜਸਟ ਕੁਜ਼ੀਨਸ ਤੋਂ ਜਾਂ ਫੂਡ ਤੋਂ ਜਾਂ ਕਿਉਰਿਓਸਿਟੀ ਤੋਂ ਲਿੱਤੀ ਹੈ, ਆਈ ਥਿੰਕ ਇਹਨਾਂ ਦੀ ਜਿਹੜੀ ਬਿਗੈਸਟ ਸਟਰੈਂਥ ਵੀ ਹੈਗੀ ਹੈ ਇਜ਼ ਇਨ ਦਾ ਕਸਟਮਰ ਸਰਵਿਸ ਅਰੀਨਾ, ਜਿਵੇਂ ਇਹ ਪੀਪਲ ਨਾਲ ਕਨੈਕਟ ਕਰਦੇ ਨੇ। ਆਈ ਮੀਨ ਟੂ ਹੈਵ 5 ਰੈਸਟੋਰੈਂਟਸ ਇਨ ਬੋਸਟਨ ਐਂਡ ਆਲ ਵੈਰੀ ਡਾਇਵਰਸ ਫਰੋਮ ਸਾਊਥ ਇੰਡੀਅਨ ਟੂ ਇਟਾਲੀਅਨ ਟੂ ਦਿਸ ਥਿੰਗ, I think one testimonial I have to give him is that every person is felt special, and that we will lead into the next segment. Asi karange industry bare thode gal
ਅਸੀਂ ਕਰਾਂਗੇ ਥੋੜ੍ਹੀ ਹੌਸਪਿਟੈਲਿਟੀ ਇਨ ਜਨਰਲ ਐਂਡ ਰੈਸਟੋਰੈਂਟਸ ਇਨ ਨਾਰਥ ਅਮਰੀਕਾ ਬਾਰੇ ਇਨ ਜਨਰਲ, ਬਿਕੋਜ਼ ਸਾਡੇ ਕਮਿਊਨਿਟੀ ਦੇ ਕਾਫੀ ਮੈਂਬਰਸ ਨੇ, ਇੱਥੇ ਦਰਸ਼ਕ ਨੇ ਜਿਨ੍ਹਾਂ ਕੋਲ ਇਹ ਸਮਾਲ ਬਿਜ਼ਨਸਿਸ ਹੈਗੇ. ਤੁਸੀਂ ਜਾਣਦੇ ਹੋ ਪੰਜਾਬੀ ਕਮਿਊਨਿਟੀ ਕਿੰਨੀ ਸਟਰੋਂਗ ਹੈਗੀ ਰੈਸਟੋਰੈਂਟ ਇੰਡਸਟਰੀਜ਼ 'ਚ ਇਨ ਨਾਰਥ ਅਮਰੀਕਾ, ਸਪੈਸੀਫਿਕਲੀ ਇਨ ਯੂ ਐਸ ਐਂਡ ਕੈਨੇਡਾ. ਅਸੀਂ ਉਹਦੇ ਬਾਰੇ ਗੱਲ ਕਰਾਂਗੇ, ਸਟੈਂਡਰਡਸ ਬਾਰੇ ਗੱਲ ਕਰਾਂਗੇ. ਤੋ ਸਾਡੇ ਨਾਲ ਬਣੇ ਰਹੋ, ਵਿਲ ਬੀ ਬੈਕ ਇਨ ਅ ਸ਼ਾਰਟ ਬ੍ਰੇਕ. ਥੈਂਕ ਯੂ. ਤੋ ਵੇ ਫੋਰਵਰਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ. ਮੈਂ ਤੁਹਾਡਾ ਹੋਸਟ ਗੁਰਸ਼ੇਰ ਗਿੱਲ ਕਵਰਿੰਗ ਫਰੋਮ ਹਰਜੋਤ ਸਿੰਘ. ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੇ ਖਾਸ ਦੋਸਤਾਂ ਨਾਲ ਜਿਨ੍ਹਾਂ ਨੇ ਇੰਸਪਾਇਰ ਕੀਤਾ ਹੈ ਨੋਟ ਜਸਟ ਹੋਸਪਿਟੈਲਿਟੀ ਇੰਡਸਟਰੀ ਅਕਰੋਸ ਦ ਗਲੋਬ ਐਂਡ ਆਲਸੋ ਇਨ ਬੋਸਟਨ. ਸਾਡੇ ਨਾਲ ਹੈਗੇ ਸ਼ੈਫ ਬਰਾੜ ਅਤੇ ਸ਼ੈਫ ਸਿੰਘ. ਵੈਲਕਮ ਬੈਕ ਟੂ ਦ ਸ਼ੋ ਅਗੇਨ. ਅਤੇ ਮਿਸਟਰ ਬਰਾੜ, ਸਟਾਰਟਿੰਗ ਫਰੋਮ ਯੂ ਅਗੇਨ, ਮੈਂ ਆਪਣੀ ਕਮਿਊਨਿਟੀ ਬਾਰੇ, ਇੰਡੀਅਨ ਰੈਸਟੋਰੈਂਟ ਬਾਰੇ, ਥੋੜ੍ਹੀ ਇੰਡਸਟਰੀ ਬਾਰੇ ਗੱਲ ਕਰਨਾ ਚਾਹੂੰਗਾ, ਬਿਕੋਜ਼ ਯੂ ਨੋ ਬੀਂਗ ਫਰੋਮ ਦੈਟ ਇੰਡਸਟਰੀ ਆਈ ਐਮ ਆਲਸੋ ਵੈਰੀ ਪੈਸ਼ਨੇਟ. ਮੈਂ ਛੱਡਤੀ ਹੈ ਪਿਛਲੇ 10-15 ਸਾਲ ਤੋਂ, ਬਟ ਯੂ ਨੋ ਬਿਕੋਜ਼ ਮਾਈ ਐਜੂਕੇਸ਼ਨ ਵਾਸ ਫਰੋਮ ਦੇਅਰ, ਆਈ ਹੈਵ ਬੀਨ ਕਲੋਜ਼ਲੀ ਐਸੋਸੀਏਟਡ ਵਿਦ ਯੂ ਗਾਇਜ਼. ਮੈਂ ਪੁੱਛਣਾ ਚਾਹੂੰਗਾ ਕਿ ਜਿਹੜੇ ਅਸੀਂ ਨੌਰਥ ਅਮਰੀਕਾ 'ਚ ਆਪਣੇ ਰੈਸਟੋਰੈਂਟ ਦੇਖਦੇ ਹਾਂ ਜਾਂ ਇੰਡੀਅਨ ਰੈਸਟੋਰੈਂਟ ਦੇਖਦੇ ਹਾਂ, ਨੌਰਥ ਇੰਡੀਅਨ, ਸਾਊਥ ਇੰਡੀਅਨ, ਡਿਵਰਸ ਰੈਸਟੋਰੈਂਟ, ਆਈ ਫੀਲ ਜਦੋਂ ਮੈਂ ਜਾਂਦਾ ਹਾਂ ਇਨ ਰੈਸਟੋਰੈਂਟ 'ਚ, ਆਈ ਫੀਲ ਅ ਐਲੀਮੈਂਟ ਲੈਕਿੰਗ, ਯੂ ਨੋ ਵਿਚ ਆਈ ਡੋਂਟ ਸੀ ਇਟ ਇਨ ਮਿਸਟਰ ਸਿੰਘਸ ਰੈਸਟੋਰੈਂਟ ਇਨ ਬੋਸਟਨ. ਜਾਂ ਤਾਂ ਕਸਟਮਰ ਸਰਵਿਸ ਮਿਸਿੰਗ ਹੁੰਦੀ ਹੈ, ਜਾਂ ਫੂਡ ਕੁਆਲਿਟੀ ਮਿਸਿੰਗ ਹੁੰਦੀ ਹੈ, ਜਾਂ ਪ੍ਰੈਜੈਂਟੇਸ਼ਨ ਮਿਸਿੰਗ ਹੁੰਦੀ ਹੈ, ਜਾਂ ਦੀ ਓਵਰਆਲ ਓਰੀਐਂਟੇਸ਼ਨ ਆਫ putting a product together in a whole is missing. What do you have to say about it? To see dekhde ho with the exception of few restaurants in maybe New York, and main tonu eh nahi keh reha ki fine dining Michelin star ya James Beard award winning restaurant hone chahiye. Main basic restaurants di bhi gal kar reha hu ki that, you know, there is an element of at least one aspect of key ingredient missing out of our you know, ethnic restaurants when you speak about Indian restaurants. So what do you have to say about it, Mr. Brower? So Gurshir, that's a very good topic, you know. Sada I think it bahut zaruri bhi hai discuss karna, not just sade business waste but log sade restaurants nu kis tarah vekhde hai us waste bhi, right? Mainu eh lagda hai ki jehde do teen limitations hai jehdiyan sanu acknowledge karne painge sade khane diyan. Ek ta hai ki sada khana ਬਹੁਤ ਲੇਬਰ ਇੰਟੈਂਸਿਵ ਖਾਣਾ, ਰਾਈਟ? ਸਾਡਾ ਖਾਣਾ ਜਿਹੜਾ ਨੈਚੁਰਲੀ ਆਦਤਨ ਜਿਹਨੂੰ ਕਹਿੰਦੇ ਆ, ਜ਼ਿਆਦਾ ਲੋਕਾਂ ਦੇ ਨੂੰ ਲੈ ਕੇ ਬਣਨ ਵਾਲਾ ਖਾਣਾ ਹੈ. ਇਟਸ ਨਾਟ ਈਜ਼ੀ ਟੂ ਅਸੈਂਬਲ, ਲਾਈਕ ਥਰੋ ਅ ਸਟੇਕ ਔਨ ਦ ਗ੍ਰਿਲ ਐਂਡ ਇਟਸ ਰੈਡੀ. ਹਾਂ, ਉਹ ਯੂ ਨੋ, ਯਾ, ਮੈਂ ਸੈਂਡਵਿਚ ਬਣਾਉਣ ਵਾਲੀ ਗੱਲ ਨਹੀਂ ਹੈ, ਜਾਂ ਕਾਫੀ ਦੱਬੀ ਬਟਨ ਦੱਬਿਆ ਤੇ ਕਾਫੀ ਆ ਗਈ. ਹਾਂਜੀ, ਉਹ ਖਾਣਾ ਸਾਡਾ ਹੈ ਨਹੀਂ. ਇਸ ਲਈ ਕੀ ਹੁੰਦਾ ਹੈ ਕਿ ਯੂ ਨੋ, ਜਦੋਂ ਤੱਕ ਜੇ ਬੰਦੇ ਉਸ ਹਿਸਾਬ ਨਾਲ ਇੰਡੀਆ 'ਚ ਮਿਲ ਜਾਂਦੇ ਆ, ਬਟ US ਇੰਡੀਆ ਤੋਂ ਬਾਹਰ ਉਹਨੇ ਬੰਦੇ ਇਕੱਠੇ ਕਰਨਾ ਔਰ ਉਹਨੂੰ ਵਾਇਬਲ ਕਰਨਾ ਬਿਜ਼ਨਸ ਦੇ ਹਿਸਾਬ ਨਾਲ ਉਹਨਾਂ ਦੀ ਸੈਲਰੀਜ ਨੂੰ ਓਵਰ ਟਾਈਮ ਨੂੰ ਮੁਸ਼ਕਿਲ ਹੁੰਦਾ. ਇਹ ਲਿਮਿਟੇਸ਼ਨ ਇਨਹੈਰੈਂਟ ਹੈ ਸਾਡੇ ਖਾਣੇ ਦੇ ਅੰਦਰ. ਦੂਜੀ ਚੀਜ਼, ਜਦੋਂ ਅਸੀਂ ਆਪਣੇ ਰੈਸਟੋਰੈਂਟਸ ਜਾਂ ਜਿਵੇਂ ਤੁਸੀਂ ਕਸਟਮਰ ਸਰਵਿਸ ਦੀ ਗੱਲ ਕਰ ਰਹੇ ਹੋ, ਆਈ ਥਿੰਕ ਕਈ ਰੈਸਟੋਰੈਂਟਸ ਜਿਹੜੇ ਹੈ, ਆਲਮੋਸਟ ਆਲ ਰੈਸਟੋਰੈਂਟਸ ਨੇ ਉਸ ਚੀਜ਼ ਨੂੰ ਆਪਣੀ ਸਟਰੈਂਥ ਬਣਾਇਆ ਹੌਲੀ ਹੌਲੀ. ਹਾਊ ਟੂ ਮੇਕ ਦ ਰੋ ਰਸਟਿਕ ਸਰਵਿਸ ਯੋਰ ਸਟਰੈਂਥ, ਕਿ ਜੀ ਘਰ ਵਾਲੀ ਗੱਲ ਹੈ, ਆ ਜਾਓ ਬਹਿ ਜਾਓ, ਕੋਈ ਨਾ ਕੋਈ ਯੂ ਨੋ. ਗੜਬੜ ਉਦੋਂ ਹੋ ਜਾਂਦੀ ਹੈ ਜਦੋਂ ਅਸੀਂ ਵਿਚਕਾਰ ਜੇ ਅਟਕ ਜਾਂਦੇ ਹਾਂ, ਜਾਂ ਤਾਂ ਕਸਟਮਰ ਸਰਵਿਸ ਤੁਹਾਨੂੰ ਫੁੱਲ ਔਨ ਜਾਣਾ ਚਾਹੀਦਾ, ਜਾਂ ਕਸਟਮਰ ਸਰਵਿਸ ਤੁਹਾਨੂੰ ਆਏ ਜਾਣਾ ਚਾਹੀਦਾ ਕਿ ਜੀ ਜਿੰਨੀ ਸਾਨੂੰ ਹੁੰਦੀ ਹੈ ਜੀ ਆਓ ਤੁਸੀਂ ਬੈਠੋ, ਆਪਣਾ ਘਰ ਹੈ, ਕਦੇ ਵੀ ਕੁਛ ਵੀ ਮੰਗੋ, ਯੂ ਨੋ. ਸੋ ਦੇਰ ਇਜ਼ ਅ ਸਮ ਟਾਈਮਸ ਯੂ ਟ੍ਰਾਈ ਐਂਡ ਸੋਰਟ ਆਫ ਵਾਕ ਬੋਥ ਲਾਈਨਸ. ਬਟ ਮਿਸਟਰ ਬਰਾੜ, ਆਈ ਵਾਂਟ ਟੂ ਕਾਊਂਟਰ ਦੈਟ, ਕਿ ਖੁਸ਼ੀ ਤਾਂ ਹੋਣੀ ਚਾਹੀਦੀ ਹੈ ਨਾ ਕਿ ਤੁਸੀਂ ਸਰਵਿਸ ਲੈਵਲ. ਹੁਣ ਮੈਂ ਇਹਨਾਂ ਦੇ ਰੈਸਟੋਰੈਂਟ ਜਾਂਦਾ ਹਾਂ ਬੋਸਟਨ, ਖੁਸ਼ੀ ਨਾਲ ਸਾਰੇ ਗੱਲ ਕਰਦੇ ਹੈ, ਸਾਰੇ ਮਿਲਦੇ ਨੇ. ਮੈਨੂੰ ਇਹ ਲੱਗਦਾ ਕਿ ਕਿੱਥੇ ਬੀਇੰਗ ਐਨ ਆਂਟਰਪ੍ਰਨੋਰ ਗੈਟਸ ਇਨ ਟੂ ਦ ਹੈਡ ਆਫ ਆਰ ਕਮਿਊਨਿਟੀ ਐਂਡ ਦੇ ਸੇ ਕਿ ਅਸੀਂ ਰੈਸਟੋਰੈਂਟ ਓਨਰ ਹੈ, ਯੂ ਨੋ, ਹੁਣ ਤਾਂ ਅਸੀਂ ਸਾਰਿਆਂ ਤੋਂ ਉੱਤੇ ਹੈ. ਹੈਵ ਯੂ ਸੀਨ ਦੈਟ? ਆਪਾਂ ਤਾਂ ਭਾਈ ਜਿਹੜਾ ਆਉਂਦਾ ਆਪਣਾ ਘਰ ਵਾਲਾ ਫੀਲ ਕਰੇ. ਨਹੀਂ ਨਹੀਂ, ਤੁਹਾਡੀ, ਹਾਂਜੀ, ਤੁਹਾਡੀ ਤਾਂ ਯੂ ਆਰ ਐਨ ਐਕਸੈਪਸ਼ਨ, ਬਟ ਮਿਸਟਰ ਬਰਾੜ, ਹੈਵ ਯੂ ਸੀਨ ਦੈਟ? ਨਹੀਂ ਯਾਰ, ਮੈਨੂੰ ਇਹ ਲੱਗਦਾ ਹੈ, ਗੁਰਸ਼ੇਰ, ਕਿ ਇਹ ਅਕਰੋਸ ਬਿਜ਼ਨਸਿਸ ਹੀ ਹੁੰਦਾ,
ਇਮੀਡੀਏਟ ਸਕਸੈਸ ਜਿਹੜਾ ਹੈ ਉਹਨੂੰ ਉਹਨੂੰ ਸੈਟਲ ਹੋਣ 'ਚ ਟਾਈਮ ਲੱਗਦਾ ਹੈ ਅਕ੍ਰੋਸ ਬਿਜ਼ਨਸਿਸ ਹੁੰਦਾ ਹੈ ਇਹਨੂੰ ਫੂਡ ਇੰਡਸਟਰੀ ਨੂੰ ਕਹੀਏ ਕਿ ਫੂਡ ਇੰਡਸਟਰੀ ਪ੍ਰੋਬਬਲੀ ਇਹ ਹੈ ਕਿ ਸਕਸੈਸ ਥੋੜਾ ਛੇਤੀ ਮਿਲ ਜਾਂਦਾ ਹੈ ਕਿਉਂਕਿ ਜੇ ਤੁਹਾਡੇ ਹੱਥ 'ਚ ਟੇਸਟ ਹੈ ਤਾਂ ਲੋਕ ਆਉਣਗੇ ਤੇ ਕੋਈ ਵੀ ਸਕਸੈਸ ਹੋਵੇ ਉਹਨੂੰ ਹੈਂਡਲ ਕਰਨ 'ਚ ਥੋੜਾ ਵਕਤ ਤਾਂ ਲੱਗਦਾ ਹੀ ਬਟ ਹੈਵਿੰਗ ਸੈਡ ਦੈਟ ਆਈ ਵਾਂਟ ਟੂ ਕਲੋਜ਼ ਦਿਸ ਕਨਵਰਸੇਸ਼ਨ ਵਿਦ ਟੂ ਕੇ ਵੇ ਫੋਰਵਰਡ ਚਲੋ ਇਹ ਤਾਂ ਕਮੀਆਂ ਖਾਮੀਆਂ ਹੈ ਵੇ ਫੋਰਵਰਡ ਕੀ ਹੈ ਸਾਡਾ ਮੈਨੂੰ ਹਜੇ ਵੀ ਇਹ ਲੱਗਦਾ ਹੈ ਔਰ ਮੈਨੂੰ US ਥਰੂ ਆਊਟ ਇਹ ਲੱਗਦਾ ਸੀ ਹਜੇ ਵੀ ਇਹ ਲੱਗਦਾ ਹੈ ਕਿ UK ਨੇ ਬਹੁਤ ਵਧੀਆ ਮਾਡਲ ਸੈੱਟ ਕੀਤਾ ਹੋਇਆ ਸਾਡੇ ਵਾਸਤੇ ਅੱਛਾ ਕਿ ਕਿੱਦਾਂ ਘੱਟ ਲੋਕਾਂ ਦੇ ਵਿੱਚ ਕੰਮ ਕਰਨਾ ਹੈ ਕਿੱਦਾਂ ਆਪਣੀ ਕਸਟਮਰ ਸਰਵਿਸ ਨੂੰ ਆਪਟੀਮਮ ਲੈਵਲ ਤੇ ਲੈ ਕੇ ਜਾਣਾ ਹੈ ਉੱਥੇ ਵੀ ਸ਼ਾਰਟੇਜ ਆਫ ਟ੍ਰੇਨਡ ਲੇਬਰ ਹੈ ਉੱਥੇ ਵੀ ਓਵਰਹੈਡਸ ਬਹੁਤ ਜ਼ਿਆਦਾ ਹੈ ਰੈਂਟਲਸ ਆਰ ਆਊਟ ਆਫ ਦ ਵਿੰਡੋ ਤੇ ਸਾਨੂੰ ਕਿਤੇ ਨਾ ਕਿਤੇ ਵੀ ਹੈਵ ਟੂ ਲਰਨ ਫਰੋਮ ਦ UK ਉੱਥੇ ਸਾਡੇ ਕਿੰਨੇ ਸਰਦਾਰ ਭਰਾ ਹੈ ਉਹਨਾਂ ਨੇ ਇਹ ਮਾਡਲ ਕਰੈਕ ਕੀਤਾ ਹੋਇਆ ਮਾਡਲ ਤੇ ਇਵੋਲਵ ਕੀਤਾ ਹਾਂਜੀ ਬਿਲਕੁਲ ਮਿਸਟਰ ਸਿੰਘ ਮੈਂ ਸ਼ਿੰਗਾਰਾ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਰੈਸਟੋਰੈਂਟ ਸਟੈਂਡ ਆਊਟ ਤੁਹਾਡਾ ਜਿਹੜਾ ਬਾਈਂਡਿੰਗ ਫੈਕਟਰ ਹੈ ਰੈਸਟੋਰੈਂਟ ਦਾ ਅਪਾਰਟ ਫਰੋਮ ਫੂਡ ਵਿਚ ਇਜ਼ ਓਬਵੀਅਸਲੀ ਐਕਸੈਪਸ਼ਨਲ ਇਜ਼ ਦ ਤੁਹਾਡਾ ਕਨੈਕਸ਼ਨ ਤੁਹਾਡੇ ਆਪਣਾ ਕਨੈਕਸ਼ਨ ਤੇ ਤੁਹਾਡੇ ਸਟਾਫ ਦਾ ਕਨੈਕਸ਼ਨ ਤੁਸੀਂ ਦੇਖਿਆ ਬੋਸਟਨ 'ਚ ਕਿੰਨੇ ਰੈਸਟੋਰੈਂਟ ਬੰਦ ਹੁੰਦੇ ਮੈਂ ਆਪਣੇ ਆਪ ਦੇਖਿਆ ਤੇ ਤੁਸੀਂ ਤੁਸੀਂ ਇਹ ਇਹ ਚੀਜ਼ ਨੂੰ ਮਾਸਟਰ ਕਿਵੇਂ ਕੀਤਾ ਕਸਟਮਰ ਸਰਵਿਸ ਐਂਡ ਫੂਡ ਮੇਰੀ ਹੋਲ ਲਾਈਫ ਜਿੱਦਾਂ ਇਟਾਲੀਅਨ ਨਾਲ ਨਿਕਲੀ ਹੈ ਤੁਹਾਨੂੰ ਪਤਾ ਮੈਂ ਇਟਾਲੀਅਨ ਨਾਲ ਕੰਮ ਕੀਤਾ ਇਟਾਲੀਅਨ ਬੋਲਦਾ ਕੋਈ ਜਿੱਦਾਂ ਮੈਂ ਆਲ ਤੋਂ ਕੁਛ ਸਿੱਖਿਆ ਮੈਂ ਉਸ ਹਿਸਾਬ ਨਾਲ ਕੰਮ ਕਰਿਆ ਗੁਰੂ ਦੇ ਚੇਲਾ ਹਮੇਸ਼ਾ ਮੇਰੇ ਟਲਦਾ ਔਰ ਕਦੀ ਵੀ ਕੋਈ ਬੰਦਾ ਅੰਦਰ ਵੜਦਾ ਰੈਸਟੋਰੈਂਟ 'ਚ ਉਹ ਕਹਿੰਦੇ ਸਾਡਾ ਹੋ ਗਿਆ ਆਪਣੇ ਇਹ ਹੁੰਦਾ ਜਿਹੜਾ ਇਨ ਦਾ ਡੋਰ ਕਮਿੰਗ ਇਜ਼ ਮਾਈ ਗੈਸਟ ਰਾਈਟ ਤੇ ਜਦੋਂ ਜਾਂਦਾ ਬਾਹਰ ਉਹ ਵੀ ਮੇਰੇ ਸਮਾਈਲ ਦੇ ਨਾਲ ਆਵੇ ਸਮਾਈਲ ਨਾਲ ਜਾਵੇ ਇਹ ਹੁੰਦਾ ਰਾਈਟ ਨੰਬਰ 1 ਇਹ ਆ ਵੀ ਇਹਦੇ ਵਿੱਚ ਆਪਣੇ ਮੇਨ ਤਾਂ ਤੁਸੀਂ ਸ਼ੈਫ ਹੈ ਨਾ ਤੁਹਾਡਾ ਔੜੀ ਕੰਟੈਕਟ ਵਿਦ ਦ ਗਾਹਕ ਨਾਲ ਕਸਟਮਰ ਜ਼ਰੂਰੀ ਚਾਹੀਦਾ ਹੈ ਖਾਣਾ ਬਣਾਉਣ ਦਾ ਕੰਮ ਜ਼ਰੂਰੀ ਆ ਔਰ ਤੁਹਾਡਾ ਟੱਚ ਟੇਬਲ ਦੇ ਨਾਲ ਜ਼ਰੂਰੀ ਹੈ ਬਟ ਇਹ ਬਹੁਤ ਘੱਟ ਮੈਂ ਦੇਖਦਾ ਹਾਂ ਕਿ ਕੋਈ ਸ਼ੈਫ ਬਾਹਰ ਆ ਕੇ ਹਰ ਟੇਬਲ ਤੇ ਜਾਂਦਾ ਮੈਂ ਤੁਹਾਨੂੰ ਦੇਖਦਾ ਹਾਂ ਮੈਂ ਦੁਨੀਆ 'ਚ ਅਪਾਰਟ ਫਰੋਮ ਮਿਸਟਰ ਬਰਾਰ ਮੈਂ ਕਿਸੇ ਹੋਰ ਨੂੰ ਨਹੀਂ ਦੇਖਿਆ ਹੋਣਾ ਕਿ ਜਿਹੜਾ ਹਰ ਟੇਬਲ 'ਤੇ ਖਾਣਾ ਜਾ ਕੇ ਚੈੱਕ ਕਰਦਾ ਹੈ ਡੂ ਯੂ ਥਿੰਕ ਤੁਹਾਡਾ ਸਕਸੈਸ ਦਾ ਇੱਕ ਉਹ ਬਹੁਤ ਵੱਡਾ ਫੈਕਟਰ ਵੀ ਹੈਗਾ ਹਾਂਜੀ ਬਹੁਤ ਵੱਡਾ ਇਸ ਵੇਲੇ ਜਿੱਦਾਂ ਬਾਬੇ ਦੇ ਨਾਲ ਉਹ ਚੀਜ਼ ਤਾਂ ਹੋਈ ਹੈ ਜ਼ਿਆਦੀ ਉਹ ਕਹਿੰਦੇ ਵੀ ਬੰਦ ਫਾਸਟ ਸ਼ੈਫ ਬੋਸਟਨ ਵਿੱਚ ਜਿਹੜਾ ਸ਼ਿਗਾਰਾ ਸਿੰਘ ਸ਼ੈਫ ਪੀਨੋ ਉਹ ਹਰ ਟੇਬਲ 'ਤੇ ਜਾ ਕੇ ਭਾਵੇਂ ਉਹ $10 ਖਰਚੇ ਭਾਵੇਂ $200 ਖਰਚੇ ਆਹ ਸੇਮ ਟ੍ਰੀਟ ਮੀਨਸ ਨੋ ਲਾਈਕ ਇਹਨੇ ਬਹੇ ਵੱਧ ਘੱਟ ਇਹਨੇ ਘੱਟ ਖਰਚੇ ਇਹਨੇ ਵੱਧ ਖਰਚੇ ਨਾ ਉਹਨੂੰ ਸੇਮ ਲੇਵਲ ਦਿਓ ਜਿਹਨੇ ਘੱਟ ਹੀ ਖਰਚੇ ਉਹ ਨੈਕਸਟ ਹੋਏ ਵੱਧ ਖਰਚੂਗਾ ਇਵਨ ਨਾ ਵੀ ਖਰਚੇ ਪਰ ਉਹਦੇ ਨਾਲ ਵੀ ਆਪਣਾ ਉਹ ਖੁਸ਼ੀ ਦਾ ਜਾਂਦਾ ਹੋਰ ਕਿੰਨਾ ਨੂੰ ਦੱਸੂਗਾ ਤਾਂ ਬਿਜ਼ਨਸ ਵੱਧਦੇ ਹਾਂਜੀ ਤੇ ਤੁਸੀਂ ਉਹਨਾਂ ਨੂੰ ਆਪਣੀ ਫੀਲ ਕਰੋ ਵੀ ਮੇਰਾ ਘਰ ਆ ਗਿਆ ਠੀਕ ਹੈ ਤੇ ਇਹਦੇ ਨਾਲ ਅਸੀਂ ਥੋੜ੍ਹਾ ਸਵਿਚ ਗੇਅਰ ਕਰਦੇ ਹਾਂ ਕਿ ਅੱਜ ਦੀ ਇਕਨੋਮੀ ਸਪੈਸ਼ਲੀ ਨਾਰਥ ਅਮਰੀਕਾ ਐਂਡ ਰਣਵੀਰ ਯੂ ਆਰ ਇਨ ਮੁੰਬਈ ਉੱਥੇ ਵੀ ਕੋਵਿਡ ਕਾਫੀ ਫੈਲਿਆ ਹੋਇਆ ਹੈ ਕੋਵਿਡ ਦਾ ਕਾਫੀ ਵੱਡਾ ਇੰਪੈਕਟ ਸੀਗਾ ਰੈਸਟੋਰੈਂਟ ਇੰਡਸਟਰੀ ਓਵਰਆਲ ਫੂਡ ਐਂਡ ਬੈਵਰੇਜ ਇੰਡਸਟਰੀ ਤੁਸੀਂ ਕੀ ਦੇਖ ਰਹੇ ਹੋ ਮਿਸਟਰ ਬਰਾਰ ਉੱਥੇ ਲਾਈਕ ਨਾਟ ਜਸਟ ਇਨ ਇਨ ਯੋਰ ਇਨ ਇੰਡੀਆ ਬਟ ਇਨ ਮਿਡਲ ਈਸਟ ਯੋਰ ਰੈਸਟੋਰੈਂਟਸ ਐਂਡ ਐਂਡ ਗਲੋਬਲੀ ਹਾਊ ਵਿਲ ਦਿਸ ਚੇਂਜ ਦ ਸਟੈਟਸ ਕੋ ਫੋਰ ਰੈਸਟੋਰੈਂਟ ਇੰਡਸਟਰੀ ਦੇਰ ਇਜ਼ ਆਲਰੇਡੀ ਟੈਕਨੋਲੋਜੀ ਕਮਿੰਗ ਇਨ ਡੋਰ ਡੈਸ਼ ਟੇਕ ਆਊਟਸ ਐਂਡ ਡੂ ਯੂ ਸੀ ਦੈਟ ਦਿਸ ਬਿਕਮਿੰਗ ਅ ਸਮਾਲਰ ਇੰਡਸਟਰੀ ਪਰਸੇ ਔਰ ਗਰੋਇੰਗ ਨੰਬਰ 1 or second how do you see it evolve from a people intensive business to something else so I think there are a few key takeaways kuch cheeza hai oh bahut important hai discuss karni hai kyunki oh rehn gaya kuch cheeza hundiyan hai oh symptomatic hundiyan hune hai probably nahi rehn jehdi cheeza covid karke across the world ga jaan gaya sade naal ek ta ye hai ki global language of hygiene ਲੋਕਾਂ ਨੂੰ ਇਹ ਸਮਝ ਆ ਗਿਆ ਕਿ ਸੈਂਸ ਆਫ ਹਾਈਜੀਨ ਬਹੁਤ ਜ਼ਰੂਰੀ ਹੈ ਸਫਾਈਆਂ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਹ ਗਲੋਬਲੀ ਸਮਝ ਆ ਗਿਆ ਭਾਵੇਂ ਇੰਡੀਆ ਹੋਵੇ ਬਾਂਗਲਾਦੇਸ਼ ਹੋਵੇ UK ਹੋਵੇ ਅਮੈਰੀਕਾ ਹੋਵੇ ਕੋਵਿਡ ਇਜ਼ ਦ ਸੇਮ ਇਹ ਯੂਨੀਵਰਸਲੀ ਲੈਵਲ ਤੇ ਉਹ ਤੁਸੀਂ ਸਾਰਿਆਂ ਨੂੰ ਓਨੀ ਹੀ ਸਫਾਈ ਰੱਖਣੀ ਪੈਣੀ ਹੈ ਸਾਰਿਆਂ ਨੂੰ ਓਨਾ ਹੀ ਹਾਈਜੀਨ ਤੇ ਫੋਕਸ ਰੱਖਣਾ ਪੈਣਾ ਇਟਸ ਬਾਟ ਦ ਫੋਕਸ ਬੈਕ ਟੂ ਹਾਈਜੀਨ ਐਟ ਅ ਗਲੋਬਲ ਲੈਵਲ ਦੈਟ ਇਜ਼ ਵਨ ਦੈਟਸ ਨਾਟ ਗੋਇੰਗ ਐਨੀਵੇਅਰ ਹਾਂਜੀ ਦੂਜਾ ਲਾਈਕ ਯੂ ਸੈਡ ਟੇਕ ਆਊਟਸ ਐਂਡ ਡਿਲੀਵਰੀ ਬੀਇੰਗ ਦ ਫਿਊਚਰ ਇਜ਼ ਵੈਰੀ ਕਲੀਅਰ ਐਂਡ ਆਊਟ ਦੇਅਰ ਦ ਬੈਸਟ ਵੇ ਟੂ ਬੀਟ ਦੈਟ ਲੇਬਰ ਇੰਟੈਂਸਿਵਨੈਸ ਇਜ਼ ਟੂ ਸਕੇਲ ਇਨ ਦ ਟੇਕ ਆਊਟ ਡਿਲੀਵਰੀ ਬਿਜ਼ਨਸ
ਤੇ ਇੰਡੀਆ ਅੱਜ ਕਲਾਊਡ ਕਿਚਨ ਟੇਕ ਆਊਟ ਡਿਲੀਵਰੀ ਬਹੁਤ ਵੱਡਾ ਬਹੁਤ ਫਿਊਚਰ ਹੈ ਬਟ ਟੂ ਥਿੰਗਸ ਇਸ ਕਮਿੰਗ ਆਊਟ ਆਫ ਦੈਟ ਡੂ ਯੂ ਸੀ ਦ ਇੰਡਸਟਰੀ ਐਕਸਪੈਂਡਿੰਗ ਇਨ ਟਰਮਸ ਆਫ ਰੈਵਨਿਊ ਐਂਡ ਡੂ ਯੂ ਸੀ ਦ ਪ੍ਰਾਈਸ ਪੁਆਇੰਟਸ ਡਿਪ੍ਰੈਸਿੰਗ ਅ ਬਿਟ ਹਾਊ ਡੂ ਯੂ ਸੀ ਦੈਟ ਸੋ ਵੇਖੋ ਆਈ ਥਿੰਕ ਕੰਸੋਲੀਡੇਸ਼ਨ ਦਾ ਹੋਏਗਾ ਕਿਸ ਕਿਸੇ ਲੈਵਲ ਤੇ ਆ ਕੇ ਹਾਈ ਐਂਡ ਡਾਈਨਿੰਗ ਚ ਡੈਫੀਨਿਟਲੀ ਕਰੈਕਸ਼ਨ ਹੋਏਗਾ ਕੰਸੋਲੀਡੇਸ਼ਨ ਹੋਏਗਾ ਬਿਕੋਜ਼ ਅਸੀਂ ਆਫ ਮਾਰਕੀਟ ਬਹੁਤ ਜ਼ਿਆਦਾ ਚਲੇ ਗਏ you know restaurant rentals needed correction restaurant rates needed corrections so correction high end spaces definitely hoega because high end spaces or night clubs jo correction hoega highly crowded places jehdi assi night club utthe thoda correction hoega consolidation hoega sorry to interrupt you assi ek chota ja break lende hain we'll continue this conversation with you right after the break assi chota ja break leke dobara wapas aane sade naal bane rahe द वे फॉरवर्ड से थोड़ा स्वागत है अज असी गल कर रहे सी शेफ सेलिब्रिटी शेफ रणबीर बरार ते शेफ फ्रॉम बॉस्टन शिंगारा सिंह नाल ते वेलकम बैक तुसी मिस्टर बरार वी वर टॉकिंग अबाउट डिप्रेस यू नो द एक्सपेंशन ऑफ इंडस्ट्री एंड कंसोलिडेशन एंड डिक्रीज इन 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 द एवरेज टिकट साइज इन टर्म्स ऑफ रेवेन्यू सो डू यू थिंक दैट इज गोइंग इन दैट डायरेक्शन ਬਿਲਕੁਲ ਬਿਲਕੁਲ ਆਈ ਥਿੰਕ ਦੋ ਦੋ ਪਾਸੇ ਹੈ ਇੰਡਸਟਰੀ ਦੇ ਇੱਕ ਪਾਸਾ ਵੱਧ ਰਿਹਾ ਇੱਕ ਪਾਸਾ ਘੱਟ ਰਿਹਾ ਉਹ ਅਕਨੋਲੇਜ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਚੀਜ਼ ਜਿਹੜੀ ਹੈ ਥੋੜਾ ਫਿਊਚਰ 'ਚ ਰਹੇਗੀ ਜਿਹੜਾ ਪਾਸਾ ਘੱਟ ਰਿਹਾ ਉਹ ਐਕਸਟ੍ਰੀਮ ਫਾਈਨ ਡਾਈਨਿੰਗ ਔਰ ਨਾਈਟ ਕਲੱਬਸ ਉਹ ਪਾਸਾ ਛੋਟਾ ਹੋ ਰਿਹਾ ਕਿਉਂਕਿ ਲੋਕ ਭੀੜ ਦੇ ਪ੍ਰਤੀ ਅਵਰਸ ਹੋਏ ਹੋਏ ਹੈ ਹਾਈ ਟਿਕਟ ਸਪੈਂਡਿੰਗ ਉਨੀ ਨਹੀਂ ਕਰਦੇ ਜਿਹੜਾ ਪਾਸਾ ਵੱਧ ਰਿਹਾ ਹੈ ਹਾਂਜੀ ਉਹ ਗੁੱਡ ਨਿਊਜ਼ ਹੈ ਉਹ ਜਿਹੜਾ ਹੈ ਕਿਉਂਕਿ ਉਹ ਸਕੇਲੇਬਲ ਪਾਸਾ ਹੈ ਉਹ ਛੇਤੀ ਵੱਧ ਸਕਦਾ ਹੈ ਉਹ ਡਿਲੀਵਰੀਜ਼ ਹੈ ਕਲਾਊਡ ਕਿਚਨਸ ਹੈ ਮੀਲ ਕਿਟਸ ਹੈ ਉਹ ਪਾਸਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਔਰ ਉਸ ਪਾਸੇ ਦੀ ਐਡਵਾਂਟੇਜ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਕੇਟਰ ਕਰ ਸਕਦੇ ਹੋ ਇੱਕ ਛੋਟੀ ਜਿਹੀ ਜਗ੍ਹਾ ਤੋਂ ਉਹ ਪਾਸਾ ਜਿਹੜਾ ਹੈ ਉਹ ਕੋਸਟ ਇੰਟੈਂਸਿਵ ਨਹੀਂ ਹੈ ਕੋਸਟ ਇਫੈਕਟਿਵ ਹੈ ਕੋਸਟ ਇਫੈਕਟਿਵ ਹੈ ਮਿਸਟਰ ਸਿੰਘ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਡੇ ਬਿਜ਼ਨਸ ਹੁਣ ਬੋਸਟਨ ਇੰਨਾ ਇੰਪੈਕਟ ਸੀਗਾ ਅਮਰੀਕਾ 'ਚ ਕੋਵਿਡ 'ਚ ਤੁਸੀਂ ਕਿਵੇਂ ਹੈਂਡਲ ਕੀਤਾ ਅਤੇ ਤੁਸੀਂ ਕੀ ਦੇਖ ਰਹੇ ਹੋ ਕਿ ਟੇਕ ਆਊਟ ਜ਼ਿਆਦਾ ਵੱਧ ਰਹੇ ਨੇ ਅਤੇ ਟੈਕਨੋਲੋਜੀ ਟੇਕ ਆਊਟ ਡੋਰ ਡੈਸ਼ ਯੂ ਨੋ ਆਪਣੇ ਜਿਹੜੇ ਊਬਰ ਡਿਲੀਵਰੀਆਂ ਇਹ ਹੋ ਰਹੀਆਂ ਅਤੇ ਤੁਹਾਡਾ ਬਿਜ਼ਨਸ ਕਿਵੇਂ ਇੰਪੈਕਟ ਹੋ ਰਿਹਾ ਰੀਟੇਲ ਜਿਹੜਾ ਸਟੋਰ ਹੈ ਉਹ ਰੈਸਟੋਰੈਂਟ ਹੈ ਉਹ ਛੋਟੇ ਹੋਣ ਲੱਗ ਜਾਣਗੇ ਵੱਡੇ ਹੋ ਜਾਣਗੇ ਅਤੇ ਤੁਸੀਂ ਦੱਸੋ ਸਾਨੂੰ ਵਾਟ ਆਰ ਯੂ ਸੇਇੰਗ ਸਪੈਸ਼ਲੀ ਜਿੱਦਾਂ ਹੁਣ ਇਟਾਲੀਅਨ ਰੈਸਟੋਰੈਂਟ ਆ ਮੈਂ ਪਹਿਲਾਂ ਟੇਕ ਆਊਟ ਨਹੀਂ ਕਰਦਾ ਸੀ ਜਦੋਂ ਕੋਵਿਡ ਹੋਇਆ ਸ਼ੁਰੂ ਲੈਟ ਕੋਈ ਚੋਇਸ ਹੀ ਨਹੀਂ ਸੀ ਰਾਈਟ ਅੱਛਾ ਜੀ ਤੇ ਮੈਂ ਟੇਕ ਆਊਟ ਮੈਂ ਇਟਾਲੀਅਨ ਖਾਣਾ ਪਾਉਂਦਾ ਨਹੀਂ ਸੀ ਡੱਬੇ 'ਚ ਪਾਣੀ ਵੀ ਪਤਾ ਰਣਵੀਰ ਭਾਈ ਨੂੰ ਹਾਂਜੀ ਤੇ ਮੈਂ ਕਿਹਾ ਲੈ ਕਿ $40 ਸਪੈਂਡ ਟੰਡਰ ਲਾਈਨ ਉਡਨ ਦਾ ਕੰਟੇਨਰ ਲੁਕਸ ਨਾ ਲੁਕਸ ਗੁੱਡ ਰਾਈਟ ਮਨ ਜੇ ਆਪ ਪਲੇਟ ਤੇ ਚ ਰੱਖਾ ਤਾਂ ਉਹਦਾ ਕਿੱਤਾ ਵਧੀਆ ਕੰਮ ਚੱਲਦਾ ਰਾਈਟ ਅੱਖਾਂ ਨਾਲ ਖਾਣਾ ਲਗਾਉਂਦਾ ਹਾਂਜੀ ਤੋਂ ਟੇਕ ਆਊਟ ਦੇ ਨਾਲ ਹੁਣ ਬਾਬੇ ਦੇ ਨਾਲ ਹੁਣ ਤੇ ਇਟਾਲੀਅਨ ਦਾ ਟੇਕ ਆਊਟ ਘਟ ਰਿਹਾ ਆ ਇੰਡੀਅਨ ਦਾ ਟੇਕ ਆਊਟ ਵਧ ਰਿਹਾ ਹੈ ਹਾਂਜੀ ਤੇ ਉਹਦਾ ਕਾਫੀ ਫਰਕ ਪਿਆ ਡੋਰ ਡੈਸ਼ ਗ੍ਰਬ ਹਬ ਕਾਫੀ ਹੈਲਪ ਕਰ ਪਰ ਪ੍ਰੋਬਲਮ ਉਹ ਕਾਫੀ ਫੀਸ ਵਗੈਰਾ ਕਾਫੀ ਲੈ ਜਾਂਦੇ ਰਾਈਟ ਉਹਦਾ ਕਾਫੀ ਤੇ ਉਹ ਇੰਪੈਕਟ ਤੁਹਾਨੂੰ ਰਹੂਗਾ ਜਿਹੜਾ ਫੀਸ ਦਾ ਇੰਪੈਕਟ ਹੈ ਗ੍ਰਬ ਹਬ ਡੋਰ ਡੈਸ਼ ਉਹਦਾ ਇੰਪੈਕਟ ਰਹੂਗਾ ਤੁਹਾਨੂੰ ਕਾਫੀ ਹਾਂਜੀ ਹਾਂਜੀ ਉਹਨਾਂ ਦਾ ਕਾਫੀ ਫਰਕ ਆ ਅੱਛਾ ਤੇ ਪਰ ਹੁਣ ਬਾਬੇ ਦੇ ਨਾਲ ਹੁਣ ਡਾਈਨਿੰਗ ਕਾਫੀ ਖੁੱਲ ਰਿਹਾ ਬਾਕਸ ਵਿੱਚ ਨਾਰਮਲ ਹੋ ਗਿਆ ਸਾਰਾ ਕੁਝ ਤੇ ਉਹਦੇ ਨਾਲ ਟੇਕ ਆਊਟ ਥੋੜਾ ਘਟ ਗਿਆ ਔਰ ਡਾਈਨਿੰਗ ਕਾਫੀ ਵਧ ਗਿਆ ਤੇ ਫਿਰ ਇੰਡੀਅਨ ਰੈਸਟੋਰੈਂਟ ਦੇ ਵਿੱਚ ਉਹ ਟੇਕ ਆਊਟ ਸੇਮ ਹੀ ਉਹ ਠੋਕ ਕੇ ਚੱਲਦਾ ਔਰ ਡਾਈਨਿੰਗ ਵੀ ਹੁਣ ਬਾਬੇ ਦਾ ਵਧੀਆ ਆ ਕਾਫੀ ਲੋਕੀ ਫ੍ਰੀ ਹੋ ਗਏ ਵੈਕਸੀਨ ਨੇ ਬਹੁਤ ਹੈਲਪ ਕੀਤੀ ਹਾਂਜੀ ਤੇ ਬਟ ਟਫ ਟਾਈਮ ਬਹੁਤ ਦੇਖਿਆ ਭਾਜੀ ਨਾਟ ਈਜ਼ੀ ਬਦੋ ਸਟਾਰਟਿੰਗ ਹੋਈ ਸਾਰੇ ਡਰ ਗਏ ਸੀ ਤੁਹਾਨੂੰ ਪਤਾ ਬੜੇ ਔਖੇ ਮਹੀਨਾ ਪਿਛਲੇ ਸਾਲ ਵੈਰੀ ਟਫ ਟਾਈਮ ਪੈਂਦੇ ਸਾਰੇ ਰੈਸਟੋਰੈਂਟ ਵਾਲੇ ਪਰ ਥੈਂਕ ਗੋਡ ਵੈਕਸੀਨ ਕਾਉਂਟ ਦੇ ਕਰਕੇ ਕਾਫੀ ਵਾਰ ਪੈਣ ਲੱਗ ਪਿਆ ਹਾਂਜੀ ਹਾਂਜੀ ਗ੍ਰੇਟ ਤੇ ਥੋੜ੍ਹਾ ਜਿਹਾ ਆਪਾਂ ਗੱਲ ਕਰੀਏ ਆਪਣੀ ਕਮਿਊਨਿਟੀ ਬਾਰੇ ਤੁਸੀਂ ਦੋਨੋਂ ਯੂ ਆਰ ਐਨ ਆਈਕੋਨ ਬੋਥ ਆਫ ਯੂ ਇਨ ਇਨ ਯੂਰ ਓਨ ਵੇ ਤੁਸੀਂ ਬੋਸਟਨ 'ਚੋ ਅਮਰੀਕਾ 'ਚੋ ਤੁਸੀਂ ਗਲੋਬਲੀ ਹੋ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਵੀ ਡੋਂਟ ਸੀ ਅ ਲੋਟ ਆਫ ਆਈ ਮੀਨ ਇੰਡੀਆ 'ਚ ਤਾਂ ਕਾਫੀ ਕਾਫੀ ਰੀਪ੍ਰਜੈਂਟੇਸ਼ਨ ਹੈ ਸਾਡੀ ਕਮਿਊਨਿਟੀ ਦੀ ਬਟ ਗਲੋਬਲੀ ਆਈ ਨੋ ਯੂ ਆਰ ਪ੍ਰੋਬਬਲੀ ਦ ਫਸਟ ਆਫ ਦ ਫਿਊ ਸਟਾਰ ਸੈਲੀਬ੍ਰਿਟੀ ਸ਼ੈਫ ਵਿੱਚ ਆਰ ਕਮਿਊਨਿਟੀ ਹੈਜ਼ ਪ੍ਰੋਡਿਊਸ ਮਿਸਟਰ ਬਰਾਰ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਸਾਡੀ ਕਮਿਊਨਿਟੀ ਨੂੰ ਇਫ ਸੰਬਡੀ ਹੈਜ਼ ਟੂ ਟੇਕ ਦਿਸ ਯੂ ਨੋ ਦਿਸ ਦਿਸ ਕਰੀਅਰ ਲਾਈਕ ਲੋਕ ਤਾਂ ਸੋਚਦੇ ਹੈ ਸਾਡੇ ਬੱਚੇ ਵੱਡੇ ਹੋ ਰਹੇ ਨੇ ਕਿ ਸ਼ੈਫ ਨਹੀਂ ਤੁਸੀਂ ਇਹ ਬਣੋ ਤੁਸੀਂ ਇੰਜੀਨੀਅਰਿੰਗ ਕਰੋ ਤੁਸੀਂ ਯੂ ਨੋ ਕੰਪਿਊਟਰ ਸਾਇੰਸ 'ਤੇ ਜਾਓ ਅਤੇ ਉਹਦੇ ਬਾਰੇ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਅਤੇ ਵਟ ਯੂ ਵਾਂਟ ਟੂ ਸਪੀਕ ਅਬਾਊਟ ਦੈਟ ਮੈਨੂੰ ਇਹ ਲੱਗਦਾ ਗੁਰਸ਼ੇਰ ਬਹੁਤ ਆਈ ਥਿੰਕ
15-20 ਸਾਲ ਪਹਿਲਾਂ ਇਹ ਪ੍ਰੋਫੈਸ਼ਨਸ ਖਾਸ ਤੌਰ ਸਾਡੀ ਕਮਿਊਨਿਟੀ ਵਾਸਤੇ ਕਹਿੰਦੇ ਜੱਟਾਂ ਦਾ ਮੁੰਡਾ ਗਾਊਗਾ ਜਾਂ ਜੱਟਾਂ ਦਾ ਮੁੰਡਾ ਰੋਟੀ ਬਣਾਊਗਾ। ਜਦੋਂ ਕੁਛ ਪ੍ਰੋਫੈਸ਼ਨ ਜਿਹੜੇ ਸੀ ਉਹ ਪ੍ਰੋਬਬਲੀ ਟੈਬੂ ਸੀ, ਰਾਈਟ? ਆਈ ਨੋ, ਆਈ ਨੋ। ਬਟ ਉਹ ਵੇਖੋ ਤੇ ਅੱਜ ਦੀ ਡੇਟ ਜੱਟਾਂ ਦੇ ਮੁੰਡੇ ਜ਼ਿਆਦਾ ਗਾ ਰਹੇ। ਤੋ ਵੀ ਬ੍ਰੇਕਨ ਐਜ਼ ਅ ਮਾਈਲਸਟੋਨ, ਵੀ ਬ੍ਰੇਕਨ ਅ ਲੋਟ ਆਫ ਬੈਰੀਅਰਸ ਟੂ ਆਲਰੇਡੀ ਪਿਕ ਅਪ ਪ੍ਰੋਫੈਸ਼ਨਸ ਦੈਟ ਵਰ ਟੈਬੂ ਔਰ ਅਨਕਨਵੈਨਸ਼ਨਲ। ਬਟ ਹਜੇ ਵੀ ਪੰਜਾਬ 'ਚ ਲੋਕ ਕਹਿਣਗੇ ਸਾਡੇ ਮੁੰਡੇ ਠੇਕੇ ਆ ਥਾਣੇ, ਬਟ ਰਸੋਈ 'ਚ ਨਹੀਂ ਜਾਣਗੇ। ਸਾਡੀ ਕਮਿਊਨਿਟੀ ਦਾ ਜਿਹੜਾ ਕੰਟਰੀਬਿਊਸ਼ਨ ਹੈ ਟੂਵਰਡਸ ਕਿਚਨ ਇਜ਼ ਨਾਟ ਗ੍ਰੈਜੂਅਲੀ ਇਨਕਰੀਜ਼ਿੰਗ, ਇਟਸ ਇਨਕਰੀਜ਼ਿੰਗ ਐਟ ਅ ਵੈਰੀ ਫਾਸਟ ਪੇਸ, ਬਹੁਤ ਤੇਜ਼ੀ ਨਾਲ ਵੱਧ ਰਿਹਾ। ਐਕਸੈਪਟੇਬਿਲਿਟੀ ਬਹੁਤ ਵੱਧ ਰਹੀ ਹੈ। ਔਰ ਉਹਦਾ ਇੱਕ ਕਾਰਨ ਤਾਂ ਇਹ ਡਿਜੀਟਲ ਮੀਡੀਅਮ ਹੈ, ਲੋਕ ਵੇਖਦੇ ਹੈ, ਲੋਕਾਂ ਨੂੰ ਲੱਗਦਾ ਬਈ ਇਹ ਕਰ ਰਿਹਾ ਜੱਟਾਂ ਦਾ ਮੁੰਡਾ, ਅਸੀਂ ਵੀ ਕਰ ਸਕਦੇ ਹਾਂ। ਲੋਕ ਸ਼ੌਕ ਨਾ ਕਰਦੇ ਹੈ, ਲੋਕ ਸ਼ੌਕੀਆ ਘਰੇ ਮਾਹੌਲ ਬਣਾਉਂਦੇ ਆ ਰੋਟੀ ਇੰਜੋਏ ਕਰਨ ਦਾ, ਰੋਟੀ ਬਣਾਉਣ ਦਾ, ਔਰ ਉੱਥੋਂ ਹੌਲੀ ਹੌਲੀ ਇੱਕ ਚੇਂਜ ਤਾਂ ਡੈਫੀਨੇਟਲੀ ਹੋ ਗਿਆ। ਹਾਂਜੀ, but as an advice tusi ki dena chahoge community nu ki what is I think main zaruri hai, main ta bahut chhota ja bahut hi minuscule banda hai ji, saadi community da virsa, saadi community di history jehdi hai oh bahut diverse hai, but ha eh zarur main kehna chahunga, apni learning dassna chahunga, mainu eh lagda hai ki eh jehde professions hai jehde ki challenging hai, jehde ki conviction require karde hai, eh saade waste actually bane ve, assi inu us tarah vekhde nahi hai। ਹਾਂਜੀ, ਯੂ ਨੋ ਇਹ ਬਣੇ ਹੋਏ ਹੈ ਸਾਡੇ ਵਾਸਤੇ, ਕਿਚਨ ਜਿਹੜਾ ਪ੍ਰੋਫੈਸ਼ਨ ਹੈ ਸਾਡੇ ਵਾਸਤੇ ਬਣਿਆ, ਕਿਉਂਕਿ ਇਹ ਮੁਸ਼ਕਿਲ ਹਾਲਾਤਾਂ 'ਚ ਮੁਸ਼ਕਿਲ ਪ੍ਰੋਫੈਸ਼ਨ ਡਿਲੀਵਰ ਕਰਨਾ ਸਾਡਾ ਜ਼ਿਆਦਾ ਕੋਈ ਨਹੀਂ ਕਰ ਸਕਦਾ। ਵੀ ਜਸਟ ਹੈਵ ਟੂ ਲੁੱਕ ਇਟ ਲਾਈਕ ਦੈਟ। ਹਾਂਜੀ ਹਾਂਜੀ, ਮੈਂ ਮਿਸਟਰ ਸਿੰਘ ਤੁਸੀਂ ਦੱਸੋ ਪਪੀਨੋ ਭਾਅ ਜੀ ਕਿ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਤੁਹਾਡੀ ਤਾਂ ਵੈਸੇ ਕਾਫੀ ਫੋਲੋਇੰਗ ਹੈਗੀ ਹੈ, ਮੈਂ ਤੁਹਾਡੇ ਅਪਡੇਟਸ ਦੇਖਦਾ ਰਹਿੰਦਾ ਹਾਂ, ਐਟਲੀਸਟ ਇਨ ਦ ਨਿਊ ਇੰਗਲੈਂਡ ਏਰੀਆ, ਇਫ ਨਾਟ ਮੋਰ। ਤੇ ਤੁਸੀਂ ਕਿਸੇ ਨੂੰ ਸਲਾਹ ਦੇਣਾ ਚਾਹੋਗੇ ਆਪਣੀ ਕਮਿਊਨਿਟੀ ਕਿ ਜਿਹੜੇ ਰੈਸਟੋਰੈਂਟ ਹੀਅਰ ਬਣਨਾ ਚਾਹੁੰਦੇ ਨੇ, ਬਿਜ਼ਨਸ ਓਨ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਸਾਡੀ ਕਮਿਊਨਿਟੀ ਸਲਾਹ ਦੋਗੇ? ਉਹਨੂੰ ਇਹ ਕਹਿੰਦੇ ਭਾਈ ਚਲਾਓ ਬਿਜ਼ਨਸ, ਡਰੋ ਨਾ। ਹਾਂਜੀ, ਕਿਹੜਾ ਰੱਬ ਨੇ ਦਿੱਤਾ, ਪਰ ਸਾਡੇ ਟਾਪ ਟਾਈਮ ਦੇਖੇ ਭਾਜੀ ਰਣਵੀਰ ਦੇਖੇ ਕਿੰਨਾ ਟਾਪ ਟਾਈਮ ਦਿੱਤਾ 2007 ਦੇ ਵਿੱਚ ਖੋਲਿਆ ਰੈਸਟੋਰੈਂਟ, ਪਰ ਫਾਇਰ ਕਰਕੇ ਬਾਬੇ ਰਹਿਣਾ, ਕੋਈ ਵੀ ਕੰਮ ਦਿਲੋਂ ਕਰੋ ਪਰ ਡਰੋ ਨਾ, ਉਪਰਾਲੇ ਦੇ ਭਰੋਸੇ ਨੂੰ ਸਭ ਕੁਝ ਮਿਲ ਜਾਂਦਾ, ਪਰ ਹਮੇਸ਼ਾ ਮਹਾਰਾਜ ਦਾ ਦਿਲ ਚ ਰੱਖੋ, ਤੁਹਾਨੂੰ ਸਭ ਕੁਝ ਮਿਲਦਾ, ਪਰ ਕਿਸੇ ਦੇ ਕੰਮ ਨਾਲ ਦੇਖ ਕੇ ਜੋੜੋ ਨਾ, ਉਹਦੀ ਹੈਲਪ ਕਰੋ, ਦੱਸੋ। ਇਹ ਬਿਲਕੁਲ ਠੀਕ ਹੈ, ਬਟ ਇਹ ਇੱਕ ਹੋਰ ਚੀਜ਼ ਜਿਹੜੀ ਸਾਡੀ ਕਮਿਊਨਿਟੀ ਦੇ ਅਗੇਂਸਟ ਆਉਂਦੀ ਹੈ ਕਿ ਆਪਣੇ ਬੰਦੇ ਹੀ ਨਹੀਂ ਹੈਲਪ ਕਰਦੇ ਸੇਮ ਬਿਜ਼ਨਸ 'ਚ, ਮੈਂ ਦੇਖਿਆ ਨਹੀਂ, ਤੁਹਾਡੇ ਇਜ਼ ਅ ਬਿਗ ਐਗਜ਼ਾਮਪਲ ਤੁਹਾਡੇ ਦੋਨਾਂ ਦੀ, ਬਟ ਇਟਸ ਟਰੂ 90%, ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਨਾਰਥ ਅਮੈਰੀਕਾ 90% ਆਫ ਦ ਰੈਸਟੋਰੈਂਟਸ ਵਿੱਚ ਓਪਨ ਇਨ ਯੂ ਐਸ ਐਂਡ ਕੈਨੇਡਾ ਫੇਲ ਇਨ ਦ ਫਸਟ ਈਅਰ। ਸੋ ਉਹ ਸਟੈਟਿਸਟਿਕ ਆਲਸੋ ਡਿਸਕਰੇਜ ਕਰਦੇ ਸਾਡੀ ਕਮਿਊਨਿਟੀ ਨੂੰ ਐਂਟਰ ਕਰਨ ਲਈ, ਬਟ ਗੋਇੰਗ ਫੋਰਵਰਡ ਇਹਨਾਂ ਦੇ ਐਗਜ਼ਾਮਪਲ ਤੁਸੀਂ ਦੇਖੋ, ਮਿਸਟਰ ਬਰਾੜ ਦੇ, ਮਿਸਟਰ ਸਿੰਘ ਦੇ, ਦੇ ਹੈਵ ਪ੍ਰੂਵਨ ਐਵਰੀਬਡੀ ਰੋਂਗ, ਮੋਸਟ ਆਫ ਦ ਪੀਪਲ ਯੂ ਨੋ ਦੇ ਹੈਵ ਪ੍ਰੂਵਨ ਐਜੂਕੇਸ਼ਨ ਰੋਂਗ ਇਨ ਸਮ ਸੈਂਸ, ਮਿਸਟਰ ਸਿੰਘ ਦੇ ਐਗਜ਼ਾਮਪਲ ਦੇ ਨਾਲ, ਐਂਡ ਮਿਸਟਰ ਬਰਾੜ ਤੁਸੀਂ ਯੂ ਹੈਵ ਗੋਨ ਥਰੂ ਅ ਲੋਟ ਇਜ਼ ਵੈਲ, ਆਈ ਨੋ ਯੂ ਪਰਸਨਲੀ ਹੈਵ ਟਰੈਵਲਡ, ਯੂ ਹੈਵ ਡਨ ਸਟੱਫ ਇਨ ਡਿਫਰੈਂਟ ਪਾਰਟਸ ਆਫ ਦ ਵਰਲਡ, ਸੋ ਯੂ ਨੋ ਓਬਵੀਅਸਲੀ ਪ੍ਰੂਵਡ ਯੂਰ ਸੈਲਫ ਐਂਡ ਬੀਂਗ ਹੇਅਰ। ਅਤੇ ਇਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਸ਼ੈਫ ਪਪੀਨੋ, ਪਹਿਲਾਂ ਤੁਹਾਡਾ ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢਿਆ, ਤੁਹਾਡੇ 5 ਰੈਸਟੋਰੈਂਟ ਹੈਗੇ ਹੈ ਬੋਸਟਨ 'ਚ, ਆਈ ਵਿਸ਼ ਯੂ ਆਲ ਦ ਸਕਸੈਸ ਫੋਰ ਮੈਨੀ ਮੋਰ, ਐਂਡ ਮੈਂ ਦਰਸ਼ਕਾਂ ਨੂੰ ਬੋਲਣਾ ਚਾਹੂੰਗਾ ਜੇ ਇਫ ਯੂ ਆਰ ਇਨ ਬੋਸਟਨ ਪਲੀਜ਼ ਵਿਜ਼ਿਟ ਵਨ ਆਫ ਦ ਰੈਸਟੋਰੈਂਟ, ਡਿਵੈਂਸ਼ੀ, ਸੋਲ ਆਫ ਇੰਡੀਆ, ਪਪੀਨੋਸ ਡੋਸਾ, ਦੋਜ਼ ਆਰ ਦ 3 ਮੇਨ ਵਨ। ਸੋ ਥੈਂਕ ਯੂ ਸੋ ਮਚ ਸ਼ਿੰਗਾਰ ਭਾਈ। ਓਕੇ ਜੀ, ਮਿਹਰਬਾਨੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ, ਗੁੱਡ ਟੂ ਸੀ ਯੂ। Mr. Brar, secondly, thank you so much. Tusi swere uthe, I know utthe swer de 6 baje hoye ne, te thank you so much for taking the time out from your busy schedule. I know you are involved in a lot of different businesses, you're an inspiration to a lot of folks, not just in our community but across the world. So be that way, recipes page de ro, assi banande ravange, and we'll follow you in whatever medium you are. Wish you all the very best and looking forward to meeting you again in person soon. ਥੈਂਕ ਯੂ ਗੁਰਸ਼ੇਰ, ਤੁਹਾਡਾ ਅਤੇ ਤਮਾਮ ਦਰਸ਼ਕਾਂ ਦਾ ਧੰਨਵਾਦ, ਥੈਂਕ ਯੂ, ਥੈਂਕ ਯੂ।
ਤੇ ਇਹਦੇ ਨਾਲ ਅੱਜ ਦਾ ਸਾਡਾ ਸਪੈਸ਼ਲ ਐਡੀਸ਼ਨ ਵੇ ਫਾਰਵਰਡ ਖਤਮ ਹੁੰਦਾ ਹੈ। ਆਈ ਵਾਸ ਕਵਰਿੰਗ ਫੋਰ ਹਰਜੋਤ ਸਿੰਘ ਤੇ ਤੁਹਾਨੂੰ ਅਗਲੇ ਹਫਤੇ ਦੁਬਾਰਾ ਮਿਲਾਂਗੇ ਇੱਕ ਹੋਰ ਨਏ ਟੌਪਿਕ ਨਾਲ, ਇੱਕ ਹੋਰ ਨਏ ਇੰਡਸਟਰੀ ਨਾਲ ਜਾਂ ਪੋਲੀਟਿਕਸ ਨਾਲ। ਤੇ ਪਲੀਜ਼ ਸਟੇ ਬੈਕ, ਜੁਆਇਨ ਅਸ ਨੈਕਸਟ ਵੀਕ ਐਂਡ ਵਿਲ ਮੀਟ ਯੂ ਅਗੇਨ। ਥੈਂਕ ਯੂ।